ਸਾਡੇ ਨਾਲ ਮੌਜੂਦ ਨੇ ਲੁਧਿਆਣਾ ਤੋਂ SDM ਵੈਸਟ ਡਾਕਟਰ ਹਰਜਿੰਦਰ ਸਿੰਘ ਬੇਦੀ ਜੀ। ਮੈਂ 2020 ਚ IAS ਕਲੀਅਰ ਕੀਤੀ, ਮੈਨੂੰ ਪੰਜਾਬ ਕੈਡਰ ਮਿਲਿਆ, ਅੱਜ ਮੈਂ SDM ਲੁਧਿਆਣਾ ਬੈਠਾ। ਪਿੰਡ ਦੀ ਗੱਲ ਕਰੀਏ, ਅੱਜ ਵੀ ਦੋ ਮੇਰਾ ਖੰਭ ਮੀਟਾਂ ਨਾ, ਦਿਲ ਕਰਦਾ ਕਿ ਮੈਂ ਉਹੀ ਆਪਣੀ ਉਮਰ 'ਚ ਅਤੇ ਉਹੀ ਪਿੰਡ ਜਾ ਕੇ ਚਲਾ ਜਾਂ। ਮੈਂ ਆਪਣੇ ਪਿਓ ਦਾ ਪੁੱਤ ਘੱਟ ਸੀ ਅਤੇ ਪਿੰਡ ਦਾ ਪੁੱਤ ਜ਼ਿਆਦਾ ਸੀ। ਸਾਡਾ ਪਿਛੋਕੜ ਡੇਰਾ ਬਾਬਾ ਨਾਨਕ ਦਾ ਹੈ ਅਤੇ ਉੱਥੇ ਗੱਲ ਹੁੰਦੀ ਸੀਗੀ, ਸਭ ਤੋਂ ਵੱਡਾ ਡਾਕਟਰ ਕੌਣ ਹੈ ਜੀ? ਕਹਿੰਦੇ ਜਿੰਨੇ ਜਿਹੜੇ RMP ਹੈ, ਸਭ ਤੋਂ ਵੱਡਾ ਡਾਕਟਰ ਹੈ। 1-to-1 ਸਾਡੀ ਇੰਗਲਿਸ਼ ਇੰਟਰੈਕਸ਼ਨ ਚੱਲ ਰਹੀ ਸੀਗੀ ਐਂਡ ਆਈ ਵਾਜ਼ ਲਾਈਕ ਮੈਂ ਪਿੰਡਾਂ 'ਚੋਂ ਰਹਿਣ ਵਾਲਾ, ਜਦੋਂ ਵੇਖਿਆ ਪਹਿਲਾਂ ਤਾਂ ਲੱਤਾਂ ਕੰਬਣ ਲੱਗ ਪਈਆਂ ਕਿ ਮੈਂ ਇੱਥੇ ਰਹਿ ਪਾਵਾਂਗਾ। ਸਾਰਿਆਂ ਨੇ ਮੈਨੂੰ ਕਿਹਾ ਤੂੰ ਕੋਈ ਗੱਲ ਹੀ ਨਹੀਂ, ਉਹ 'ਚ ਕੀ ਹੈ, ਤੂੰ ਆਪਣੀ ਸੀਟ ਲੈਣੀ ਆ ਕਾਕਾ, ਤੂੰ ਜਾਓ ਅਸੀਂ ਪਿੱਛੇ ਅਰਦਾਸ ਕਰਕੇ ਜਾਣਾ, ਤੂੰ ਫਿਕਰ ਨਾ ਕਰ, ਤੂੰ ਮਤਲਬ ਸੀਟ ਲੈ ਕੇ ਆਏਗਾ। ਪਿੰਡ 'ਚ ਚਾਹ ਚੜ੍ਹ ਕੇ ਕਿ ਮੁੰਡਾ ਤਾਂ ਇਹਨਾਂ ਦਾ ਕਹਿੰਦੇ ਕਿ ਬਹੁਤ ਵੱਡਾ ਡਾਕਟਰ ਬਣ ਗਿਆ, ਕਹਿੰਦੇ ਇਹ ਤਾਂ ਕੁਛ ਵੀ ਨਹੀਂ, ਉਹ ਤਾਂ ਡਾਕਟਰ ਹੀ ਹੋਰ ਹੁੰਦਾ। ਉਹ ਵੱਡਾ ਡਾਕਟਰ ਹੁੰਦਾ। ਉੱਥੇ ਮੋਛਾ ਡਿੱਗ ਗਿਆ, ਦਰਖਤ ਡਿੱਗ ਗਿਆ, ਕਹਿੰਦੇ ਘਰ ਬਲ ਨਹੀਂ ਹੈਗਾ। ਮੈਂ ਕਿਹਾ ਚੱਲ ਮੋਢੇ 'ਤੇ ਚੁੱਕੇ ਲਿਆ ਚੱਲੀ, ਲੋਕ ਹੱਸਣ ਲੱਗ ਪਏ। ਕਹਿੰਦਾ ਪਹਿਲਾਂ ਮੋਢੇ 'ਤੇ ਚੁੱਕਿਆ ਅਤੇ ਮੈਂ ਡਿੱਗ ਗਿਆ, ਕਹਿੰਦਾ ਦੂਜੀ ਵਾਰੀ ਮੋਢੇ ਚੁੱਕਿਆ, ਕਹਿੰਦਾ ਪੱਗ ਡਿੱਗ ਗਈ, ਕਹਿੰਦਾ ਬੇਇੱਜ਼ਤੀ ਤਾਂ ਬੜੀ ਹੋਈ। ਕਹਿੰਦਾ ਮਨ 'ਚ ਆ ਗਿਆ ਹੁਣ ਮੈਂ ਇਹਨੂੰ ਚੁੱਕ ਕੇ ਛੱਡਣਾ ਹੀ ਛੱਡਣਾ। ਕਹਿੰਦਾ ਫਿਰ ਮੈਂ ਨਾ ਲੱਕ ਨੂੰ ਬੰਨਿਆ ਪਰਨਾ ਅਤੇ ਮੋਢੇ 'ਤੇ ਰੱਖ ਲਿਆ, ਹੌਲੀ ਹੌਲੀ ਕਹਿੰਦਾ 1.5 ਕਿਲੋਮੀਟਰ ਪੂਰਾ ਜਿਹੜਾ ਰੁੱਖ ਹੀ ਚੁੱਕ ਕੇ ਆਪਣੇ ਘਰ ਲੈ ਦਿੱਤਾ। ਫਿਰ ਲੋਕਾਂ ਨੇ ਸ਼ਾਬਾਸ਼ੀ ਵੀ ਦਿੱਤੀ ਅਤੇ ਮੈਨੂੰ ਇਹਨੂੰ ਯਾਦ ਆ, ਕਹਿੰਦਾ ਕਿ ਘਿਓ ਦਾ ਟੀਣ ਦਿੱਤਾ 10 ਕਿਲੋ ਦਾ। ਬੱਲੇ ਸ਼ੇਰਾ ਤੂੰ ਤਾਂ ਸਾਡੇ ਪਿੰਡ ਦੀ ਸ਼ਾਨ ਹੈ। ਜਿਹੜਾ ਵੀ ਆ ਗਿਆ, ਵੱਡਾ ਛੋਟਾ ਉੱਚਾ ਨੀਵਾਂ, ਜਿਹੜਾ ਮੇਰੇ ਦਫ਼ਤਰ ਆ ਗਿਆ ਉਹ ਮੇਰੇ ਦਫ਼ਤਰ ਤੋਂ ਖਾਲੀ ਨਾ ਜਾਏ, ਮੇਰੇ ਦਫ਼ਤਰ ਤੋਂ ਖੁਸ਼ ਹੋ ਕੇ ਜਾਏ। ਪਾਰਲੀਮੈਂਟ ਪੈਨਲ ਨੇ ਰਿਵਿਊ ਕਰਨ ਨੂੰ ਪਿਆ ਕਿ ਭਈ ਜਿਹੜੇ ਇੰਜੀਨੀਅਰਸ ਹੈਗੇ ਨੇ ਜਾਂ ਡਾਕਟਰਸ ਹੈਗੇ ਨੇ, ਇਹਨਾਂ ਦਾ ਸਿਲੈਕਸ਼ਨ ਪ੍ਰੋਸੈਸ ਬਾਰੇ ਜੋ ਹੈਗਾ ਰਿਵਿਊ ਕਰਨ ਬਾਰੇ ਗੱਲ ਕੀਤੀ ਹੈ, ਅਤੇ ਉਹ ਜਿਹੜੇ ਜੀਨੀਅਸ ਮਾਇੰਡਸ ਨੇ ਉਹ ਆਪਣੇ ਖੇਤਰ ਨੂੰ ਛੱਡ ਕੇ UPSC ਵੱਲ ਆ ਰਹੇ ਨੇ, ਐਡਮਿਨਿਸਟ੍ਰੇਸ਼ਨ ਵੱਲ ਆ ਰਹੇ ਨੇ। ਦੇਖੋ ਜੀ, ਜਿਹੜੀ ਬਾਕੀ ਪਾਰਲੀਮੈਂਟਰੀ ਕਮੇਟੀ ਨੇ ਇਹਨੂੰ ਡਿਸਕਸ਼ਨ 'ਤੇ ਲਿਆਂਦਾ ਹੈ ਅਤੇ ਇਹ ਕਿਤੇ ਨਾ ਕਿਤੇ ਜ਼ਰੂਰੀ ਵੀ ਹੈ। ਲਓ ਜੀ, ਬਹੁਤ ਬਹੁਤ ਸਵਾਗਤ ਹੈ SMZ ਨਿਊਜ਼ 'ਚ, ਮੈਂ ਹਾਂ ਵਰਿੰਦਰ। ਦੋਸਤੋ, ਜਿਵੇਂ ਕਿ ਹਰ ਵਾਰ ਇੱਕ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ, ਇਸੇ ਲੜੀ 'ਚ ਅੱਜ ਸਾਡੇ ਨਾਲ ਮੌਜੂਦ ਨੇ ਲੁਧਿਆਣਾ ਤੋਂ SDM ਵੈਸਟ ਡਾਕਟਰ ਹਰਜਿੰਦਰ ਸਿੰਘ ਬੇਦੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਡਾਕਟਰ ਸਾਹਿਬ, SMZ ਨਿਊਜ਼ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜੀ, ਮਿਹਰਬਾਨੀ ਬੁਲਾਉਣ ਲਈ। ਇੰਟਰਵਿਊਜ਼ ਤਾਂ ਹੁੰਦੀਆਂ ਰਹਿੰਦੀਆਂ ਨੇ, ਤੁਹਾਡੇ ਵਰਗੀਆਂ ਸ਼ਖਸੀਅਤਾਂ ਵੀ ਸਾਡੇ ਕੋਲ ਆਉਂਦੀਆਂ ਰਹਿੰਦੀਆਂ ਨੇ ਅਤੇ ਅਸੀਂ ਵੀ ਉਹਨਾਂ ਕੋਲ ਜਾਂਦੇ ਰਹਿੰਦੇ ਹਾਂ, ਪਰ ਅੱਜ ਮੈਨੂੰ ਇਸ ਚੀਜ਼ ਦੀ ਬੇਹੱਦ ਖੁਸ਼ੀ ਅਤੇ ਮਾਣ ਹੈ ਕਿ ਤੁਸੀਂ ਮੇਰੀ ਜਨਮ ਭੂਮੀ ਤੋਂ ਮਝੈਲ ਭਰਾ। ਦੇਖੋ ਜੀ, ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਤੁਹਾਡੇ ਰਾਹੀਂ ਇੱਕ ਮਾਝੇ ਦੀ ਆਵਾਜ਼ ਮੇਰੇ ਤੱਕ ਪਹੁੰਚੀ। ਇੱਕ ਹਮੇਸ਼ਾ ਜੇ ਕਿਸੇ ਦਾ ਬਚਪਨ ਜਿੱਥੇ ਬੀਤਿਆ ਹੋਵੇ ਉਹ ਉਹਦੇ ਦਿਲ ਦੇ ਸਭ ਤੋਂ ਨਜ਼ਦੀਕ ਹੁੰਦਾ ਹੈ, ਅਤੇ ਅੱਜ ਵੀ ਬੇਸ਼ੱਕ ਅਸੀਂ ਪੰਜਾਬੀ ਹਾਂ, ਪੂਰੇ ਪੰਜਾਬ ਹੋਣ ਦਾ, ਪੰਜਾਬੀ ਹੋਣ ਦਾ ਸਾਨੂੰ ਮਾਣ ਹੈ, ਬਟ ਜਦੋਂ ਮਾਝੇ ਦੀ ਗੱਲ ਆ ਜਾਂਦੀ ਹੈ, ਇੱਕ ਪ੍ਰਿਓਰਟੀ ਦਿੰਦਾ, ਇੱਕ ਮਨ ਕਰਦਾ, ਉਹਦੀ ਆਵਾਜ਼ ਸੁਣਨ ਦਾ ਮਨ ਕਰਦਾ। ਇਸੇ ਲਈ ਮੈਂ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇੱਥੇ ਸੱਦਿਆ ਤਾਂ ਕਿ ਬੀਂਗ ਮਾਝੇ ਹੋਣ ਤੱਕ ਮੈਂ ਆਪਣੀ ਲੋਕ ਜਿਹੜੀ ਹੈ ਗੱਲ ਹੈ ਲੋਕਾਂ ਤੱਕ ਪਹੁੰਚਾਵਾਂ। ਉਸ ਧਰਤੀ ਦੀ ਖੁਸ਼ਬੂ ਹੀ ਅੱਡ ਹੈ। ਉਹ ਖੁਸ਼ਬੂ ਤਾਂ ਦੇਖੋ ਜੀ, ਜਿੰਦਾ ਜਿੰਨੀ ਦੇਰ ਜਿੰਦੇ ਰਹਾਂਗੇ ਉਹ ਖੁਸ਼ਬੂ ਵਰਗੀ ਕੋਈ ਵੀ ਖੁਸ਼ਬੂ ਜਿਹੜੀ ਹੈ ਦਿਲ ਨੂੰ ਸਕੂਨ ਨਹੀਂ ਦੇ ਸਕਦੀ ਜੀ।
ਅੱਛਾ ਡਾਕਟਰ ਸਾਹਿਬ, ਤੁਹਾਡੇ ਨਾਲ ਗੱਲਾਂ ਬਾਤਾਂ ਤਾਂ ਹੋਈਆਂ ਕੈਮਰੇ ਤੋਂ ਪਿੱਛੇ ਵੀ, ਹੈ ਨਾ, ਅਤੇ ਅਸੀਂ ਹੁਣ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਤੁਹਾਡੇ ਪਿਛੋਕੜ ਬਾਰੇ, ਤੁਹਾਡੇ ਪਿੰਡ ਬਾਰੇ, ਤੁਹਾਡੀ ਸਿੱਖਿਆ ਬਾਰੇ, ਉਹਦੇ ਬਾਰੇ ਦੱਸੋ ਜੀ। ਇੱਥੇ ਸਭ ਤੋਂ ਪਹਿਲਾਂ ਮੈਂ ਹੀ ਤੁਹਾਨੂੰ ਦੱਸਣਾ ਚਾਹਾਂ, ਪਿੰਡ ਦੀ ਗੱਲ ਕਰੀਏ ਜੀ, ਅੱਜ ਵੀ ਦੋ ਮੇਰਾ ਅੱਖਾਂ ਮੀਟਾਂ ਨਾ, ਦਿਲ ਕਰਦਾ ਕਿ ਮੈਂ ਉਹੀ ਆਪਣੀ ਉਮਰ 'ਚ ਅਤੇ ਉਹੀ ਪਿੰਡ ਜਾ ਕੇ ਚਲਾ ਜਾਂ। ਕਿਆ ਬਾਤ ਹੈ, ਕਿਆ ਉੱਥੇ ਮੈਂ ਛੋਟਾ ਜਿਹਾ ਪਿੰਡ, ਉੱਥੇ ਪਿੰਡ ਗਾਲੜੀ ਜੋ ਕਿ ਪਾਕਿਸਤਾਨ ਦੇ ਬੋਰਡਰ ਦੇ ਬਿਲਕੁਲ ਕਰੀਬ ਹੈ ਜੀ, ਅਤੇ ਡਿਸਟ੍ਰਿਕਟ ਗੁਰਦਾਸਪੁਰ 'ਚ ਹੈ। ਮੇਰਾ ਪੂਰਾ ਜੀਵਨ ਜਿਹੜਾ ਬਚਪਨ ਆ ਉੱਥੇ ਬੀਤਿਆ ਜੀ, ਅਤੇ ਉੱਥੇ ਜਿਹੜੀ ਮੇਰੀ ਸਕੂਲਿੰਗ ਹੋਈ ਉਹ ਵੀ ਅਕਾਲ ਅਕੈਡਮੀ, ਉੱਥੇ ਭਰਿਆਲ ਵਾਲੀ ਪਿੰਡ ਹੈ, ਅਤੇ ਉੱਥੇ ਮੇਰੀ ਸਕੂਲਿੰਗ ਹੋਈ। ਸਕੂਲਿੰਗ ਤਾਂ ਚਲੋ ਚਲਦੀ ਰਹੀ, ਬਚਪਨ ਦੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਤੁਹਾਡੇ ਉੱਥੇ ਦੋਸਤ, ਤੁਹਾਡੀ ਜਿਹੜੀ ਫੈਮਿਲੀ, ਤੁਹਾਡਾ ਜਿਹੜਾ ਸੱਭਿਆਚਾਰ, ਤੁਹਾਡਾ ਰਹਿਣਾ ਸਹਿਣਾ ਖਾਣਾ ਪੀਣਾ, ਉਹ ਅੱਜ ਬੇਸ਼ੱਕ ਅਸੀਂ ਇੱਥੇ ਆ ਗਏ ਹਾਂ ਉਹ ਅੱਜ ਲੱਭਣ ਨੂੰ ਨਹੀਂ ਮਿਲਦਾ ਜੀ। ਜਦੋਂ ਮੈਂ ਸਕੂਲਿੰਗ ਕੀਤੀ ਬੱਚਾ ਸੀਗਾ, ਮੈਨੂੰ ਨਹੀਂ ਪਤਾ ਉਹ ਇੰਨਾ ਕੁ ਪਿਛੋਕੜ ਪਿਛੜਾ ਹੋਇਆ ਪਿੰਡ ਸੀਗਾ, ਅਤੇ ਉੱਥੇ ਅੱਜ ਵੀ ਜਦੋਂ ਉੱਥੇ ਜਾਈਏ ਤਾਂ ਉੱਥੇ ਗੱਲ ਹੁੰਦੀ ਸੀਗੀ ਸਭ ਤੋਂ ਵੱਡਾ ਡਾਕਟਰ ਕੌਣ ਹੈ ਜੀ, ਕਹਿੰਦੇ ਜਿੰਨੇ ਜਿਹੜੇ ਆਰ ਐੱਮ ਪੀ ਹੈ ਸਭ ਤੋਂ ਵੱਡਾ ਡਾਕਟਰ ਹੈ। ਉੱਥੇ ਡਾਕਟਰ ਸ਼ਸ਼ੀ ਸੀਗੇ ਜੀ, ਉਹ ਬਹੁਤ ਇੰਟੈਲੀਜੈਂਟ ਸੀਗੇ, ਬਟ ਉਹ ਆਰ ਐੱਮ ਪੀ ਸੀਗੇ, ਉਹਨਾਂ ਨੂੰ ਸਭ ਤੋਂ ਵੱਡਾ ਡਾਕਟਰ ਮੰਨਿਆ ਜਾਂਦਾ ਹੈ ਕਿ ਇਸ ਤੋਂ ਉੱਪਰ ਕੁਛ ਨਹੀਂ। ਅਤੇ ਉਸ ਤੋਂ ਬਾਅਦ ਸਕੂਲਿੰਗ ਕੀਤੀ, 10ਵੀਂ ਪਾਸ ਹੋਇਆ, ਮੈਂ ਆਪਣੇ ਸਕੂਲ ਦਾ ਟੋਪਰ ਵੀ ਸੀਗਾ, ਵਧੀਆ ਪੜ੍ਹਦਾ ਸੀ, ਮੇਰੇ ਮਨ 'ਚ ਹੀ ਜ਼ਿੰਦਗੀ 'ਚ ਜਦੋਂ ਚਲੋ ਗੁਰੂ ਨਾਨਕ ਸਾਹਿਬ ਦੀ ਪੀੜ੍ਹੀ ਹੋਣ ਦੇ ਨਾਲ ਸਾਡਾ ਪਿਛੋਕਰ ਡੇਰਾ ਬਾਬਾ ਨਾਨਕ ਦਾ, ਅਤੇ ਕਿੱਦਾਂ ਉੱਥੋਂ ਗੁਰੂ ਨਾਨਕ ਸਾਹਿਬ ਨੇ, ਮਤਲਬ ਕਿ ਮੈਂ ਇੱਕ ਕਰਮਾਂ ਵਾਲਾ ਕਹਾਂਗਾ, ਚਲੋ ਸਾਰੀ ਦੁਨੀਆ ਕਰਮਾਂ ਵਾਲੀ, ਧਰਤੀ ਕਰਮਾਂ ਵਾਲੀ, ਜਿੱਥੇ ਉਹਨਾਂ ਦੇ ਪੈਰ ਪਏ। ਤੁਸੀਂ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਅਤੇ ਉਹ ਜਿਹੜਾ ਪੂਰਾ ਨਜ਼ਾਰਾ ਡੇਰਾ ਬਾਬਾ ਨਾਨਕ ਦਾ ਮੇਰੀ ਅੱਖਾਂ ਸਾਹਮਣੇ ਆ ਗਿਆ ਜੀ, ਕਿਉਂਕਿ ਉਸ ਪਾਕ ਪਵਿੱਤਰ ਧਰਤੀ ਦਾ ਮੇਰਾ ਵੀ ਜਨਮ ਹੈ, ਅਤੇ ਬੜੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ। ਜੀ ਬਿਲਕੁਲ ਜੀ, ਖੁਸ਼ੀ ਤਾਂ ਆਪੇ ਮਹਿਸੂਸ ਹੋਏਗੀ। ਅੱਜ ਵੀ ਤੁਸੀਂ ਜਾਓ ਕਦੀ ਉੱਥੇ, ਅਤੇ ਉਹ ਪਿੰਡਾਂ 'ਚ ਅੱਜ ਵੀ ਪੁਰਾਣੇ ਸੱਭਿਆਚਾਰ ਦੀ ਰੂਹ ਵਸਦੀ ਹੈ ਜੀ। ਅੱਜ ਵੀ ਉੱਥੇ ਲੋਕ 10-10 ਕਿਲੋਮੀਟਰ ਸ਼ਰਧਾ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੇ ਆ। ਅੱਜ ਵੀ ਉੱਥੇ ਜਦੋਂ ਮੇਲਾ ਲੱਗਦਾ ਆਪਣੇ ਚੋਲਾ ਸਾਹਿਬ ਦਾ, ਹੁਸ਼ਿਆਰਪੁਰ ਤੋਂ ਨੰਗੇ ਪੈਰੀ ਉੱਥੇ ਆਉਂਦੇ। ਬਿਲਕੁਲ ਜੀ ਬਿਲਕੁਲ। ਅਤੇ ਜਦੋਂ ਆਪਾਂ ਵੀ ਇੱਥੇ ਜਾਈਦਾ, ਇੱਥੇ ਤਾਂ ਬੜਾ ਫਿੱਟ ਟਿਪ ਟੋਪ ਹੋ ਕੇ ਆਪਣੇ ਬੂਟ ਸ਼ੂਟ ਪਾ ਕੇ ਅਸੀਂ ਇੱਦਾਂ ਲੰਘ ਨਹੀਂ ਸਕਦੇ, ਅਤੇ ਉੱਥੇ ਦਿਲ ਕਰਦਾ ਨੰਗੇ ਪੈਰੀ ਬਹਿ ਕੇ ਉੱਥੇ ਸੇਵਾ ਕਰੀ। ਇਹ ਰੂਹ ਨੂੰ ਖੁਸ਼ੀ ਹੈ। ਬਿਲਕੁਲ ਜੀ ਬਿਲਕੁਲ। ਇਹ ਜਿਹੜੀ ਹੁਣ ਅਸੀਂ ਪੜ੍ਹ ਲਿਖ ਕੇ ਇੱਥੇ ਪਹੁੰਚ ਗਏ ਹਾਂ, ਇਹ ਸਾਡੀ ਦੁਨਿਆਵੀ ਖੁਸ਼ੀ ਹੈ, ਪਰ ਜਿਹੜੀ ਉੱਥੇ ਜਾਈਦਾ ਉਹ ਸਾਡੀ ਰੂਹ ਦੀ ਖੁਸ਼ੀ ਹੈ। ਬਿਲਕੁਲ ਜੀ। ਇਹ ਉਸ ਤੋਂ ਬਾਅਦ ਡੇਰੇ ਬਾਬਾ ਨਾਨਕ ਜਾਣਾ ਆਉਣਾ ਉਹ ਤਾਂ ਸਾਡੀ ਘਰ ਦੀ ਗੱਲ ਹੈ, ਜਿਹਦਾ ਇੱਥੋਂ ਅਸੀਂ ਗਾਲੜੀ ਜਾਈਦਾ, ਗਾਲੜੀ ਉਹ ਡੇਰੇ ਬਾਬਾ ਨਾਨਕ ਜਾਣਾ ਉਹ ਵੀ ਸਾਡਾ ਘਰ ਆ, ਤੁਰਿਆ ਫਿਰਿਆ ਰਹਿੰਦਾ ਲਾਗੇ ਜੀ। ਜੀ ਬਚਪਨ 'ਤੇ ਤੁਸੀਂ ਲਾ ਲਓ ਕਿ ਅੱਧਾ ਗਾਲੜੀ ਬੀਤਿਆ ਅਤੇ ਅੱਧਾ ਡੇਰਾ ਬਾਬਾ ਨਾਨਕ ਜੀ। ਉਸ ਤੋਂ ਮੈਂ ਸਕੂਲਿੰਗ ਕੀਤੀ, ਤੁਹਾਨੂੰ ਮੈਂ ਅੱਗੇ ਦੱਸਦਾ, 10ਵੀਂ 'ਚੋਂ ਮੈਂ ਪਾਸ ਆਊਟ ਹੋਇਆ, ਅਤੇ ਜਦੋਂ ਕਹਿੰਦੇ ਕਿ ਤੁਸੀਂ ਆਪਣੀ ਤੁਹਾਡੀ ਸੱਭਿਆਚਾਰਕ ਤੁਹਾਡੇ ਮੋਰਲ ਵੈਲਿਊ ਸਹੀ ਹੋਣ, ਤੁਸੀਂ ਆਪਣੀ ਲਾਈਨ ਬਿੱਥੀ ਹੋਏ ਕਿ ਮੈਂ ਜੀਵਨ 'ਚ ਆਇਆ, ਇੱਕ ਵਾਰੀ 84 ਲੱਖ ਜੂਨ ਤੋਂ ਬਾਅਦ ਕੋਈ ਜੂਨ ਮਿਲੀ ਹੈ, ਕੋਈ ਚੰਗਾ ਕਰਕੇ ਜਾਣਾ ਜੀ, ਆਪਣੇ ਮਾਪਿਆਂ ਦਾ, ਆਪਣੇ ਪਿੰਡ ਦਾ, ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰਕੇ ਜਾਣਾ, ਬਸ ਉਹ ਮਨ 'ਚ ਧਿਆਏ ਦਾ ਸੀਗਾ। ਅਤੇ ਮੈਂ ਇੱਕ ਆਪਣੇ ਗੁਰਦਾਸਪੁਰ ਟਿਊਸ਼ਨ ਪੜ੍ਹਨੀ ਸ਼ੁਰੂ ਕਰਤੀ, ਅਤੇ ਰੱਬ ਵੱਲੋਂ ਹੀ ਜਦੋਂ ਬਾਬਾ ਨਾਨਕ ਇਹ ਗੁਰੂ ਪੀਰ ਸਾਡੇ ਮਿਹਰਬਾਨ ਹੋਣ, ਉਹਨਾਂ ਨੇ ਮੈਨੂੰ ਇੱਕ ਮੇਰਾ ਸੀਨੀਅਰ ਮਿਲਾ ਤਾ ਬੱਸ ਸਟੈਂਡ ਦੇ ਉੱਪਰ, ਕਹਿੰਦਾ ਹਰਜਿੰਦਰ ਸਿੰਘ ਤੂੰ ਇੱਥੇ ਕੀ ਕਰਦਾ? ਮੈਂ ਕਿਹਾ ਮੈਂ ਤਾਂ ਟਿਊਸ਼ਨ ਪੜ੍ਹਦਾ ਇੱਥੇ। ਕਹਿੰਦੇ ਕੀ ਕਰਨਾ? ਮੈਂ ਕਿਹਾ ਡਾਕਟਰ ਬਣਨਾ। ਅਤੇ ਕਹਿੰਦਾ ਕਿਹੜਾ? ਮੈਂ ਕਿਹਾ ਆਰ ਐੱਮ ਪੀ। ਉਹ ਹੱਸਣ ਲੱਗ ਪਿਆ ਅਤੇ ਕਹਿੰਦਾ ਆਰ ਐੱਮ ਪੀ, ਕਹਿੰਦਾ ਟਿਊਸ਼ਨ ਪੜ੍ਹਨ ਤੋਂ ਬਗੈਰ ਬਣ ਜਾਣਾ?
ਮੈਂ ਕਿਹਾ ਬੜਾ ਮੈਂ ਮਜ਼ਾਕ ਕਰਦਾ ਪਿਆ, ਮੈਂ ਕੀ ਗੱਲ? ਕਹਿੰਦਾ ਮੈਂ ਵੀ ਤਿਆਰੀ ਕਰਦਾ ਪਿਆ ਬੀ ਬੀ ਐੱਸ ਦੀ ਅਤੇ ਮੈਂ ਕੋਚਿੰਗ ਲੈਂਦਾ ਅੰਮ੍ਰਿਤਸਰ, ਅਤੇ ਤੂੰ ਉੱਥੇ ਜਾ ਤੂੰ ਆਪਣਾ ਜਿਹੜਾ ਪੋਟੈਂਸ਼ੀਅਲ ਕਿਉਂ ਖਰਾਬ ਕਰਦਾ ਪਿਆ? ਮੈਂ ਬੜਾ ਸ਼ੌਕ ਹੋਇਆ, ਮੈਂ ਕਿਹਾ ਇੱਥੇ ਤਾਂ ਮੈਂ ਘੁੰਮੀ ਜਾਣਾ, ਹਵਾ 'ਚ ਘੁੰਮੀ ਜਾਣਾ। ਮੈਂ ਕਿਹਾ ਤੂੰ ਵੀ ਪ੍ਰੋਫੈਸਰਾਂ ਨੂੰ ਮਿਲਾ। ਅਗਲੇ ਦਿਨ ਅਸੀਂ ਟਾਈਮ ਬੰਨ ਲਿਆ, ਉਹਨੇ ਮੈਨੂੰ ਬੱਸ 'ਤੇ ਲੈ ਗਿਆ ਮੈਨੂੰ ਅੰਮ੍ਰਿਤਸਰ, ਉੱਥੇ ਮੈਨੂੰ ਉਹਨੇ ਜੇ ਟੀਚਰਾਂ ਨਾਲ ਮਿਲਾਇਆ। ਪਿੰਡਾਂ 'ਚੋਂ ਗਏ ਜਦੋਂ ਸਾਹਮਣੇ ਕੋਨਵੈਂਟ ਕਲਾਸ ਚੱਲ ਰਹੀ ਸੀਗੀ, ਉੱਥੇ ਸਾਰੇ ਕੋਨਵੈਂਟ ਸਕੂਲ ਦੇ ਬੱਚੇ ਐਂਡ ਵਨ ਟੂ ਵਨ ਸਾਡੇ ਇੰਗਲਿਸ਼ ਇੰਟਰੈਕਸ਼ਨ ਚੱਲ ਰਹੀ ਸੀਗੀ, ਐਂਡ ਆਈ ਵਾਜ਼ ਲਾਈਕ ਮੈਂ ਪਿੰਡਾਂ 'ਚੋਂ ਰਹਿਣ ਵਾਲਾ, ਜਦੋਂ ਵੇਖਿਆ ਪਹਿਲਾਂ ਤਾਂ ਲੱਤਾਂ ਕੰਬਣ ਲੱਗ ਪਈਆਂ ਕੀ ਮੈਂ ਇੱਥੇ ਰਹਿ ਪਾਵਾਂਗਾ, ਕੀ ਮੈਂ ਇਹਨਾਂ ਵਿੱਚ ਵਿਚਰ ਕੇ, ਕੀ ਇਹਨਾਂ ਵਿੱਚ ਕੁਛ ਸਿੱਖ ਕੇ ਮੈਂ ਕੁਛ ਕਰ ਪਾਵਾਂਗਾ। ਇਹ ਨਾ ਹੋਏ ਕਿ ਇੱਥੋਂ ਵੀ ਮੈਂ ਸਭ ਕੁਛ ਗੁਆ ਕੇ ਚੱਲ ਜਾਂ। ਜੀ ਆਇਆ ਘਰ, ਸਲਾਹ ਕੀਤੀ, ਜਦੋਂ ਤੁਹਾਨੂੰ ਉਹੀ ਦੱਸਿਆ ਕਿ ਸੱਭਿਆਚਾਰਕ, ਮੇਰੇ ਆਪਣੇ ਘਰ ਦੇ ਮੈਂਬਰ ਚਾਚੇ ਤਾਏ ਅਸੀਂ ਜੁਆਇੰਟ ਫੈਮਿਲੀ ਇਕੱਠੀ ਰਹਿੰਦੀ ਸੀ, ਸਾਡੇ ਕੋਲ 10-15 ਬੰਦੇ। ਫਿਰ ਸਾਰਿਆਂ ਨੇ ਮੈਨੂੰ ਕਿਹਾ ਤੂੰ ਕੋਈ ਗੱਲ ਹੀ ਨਹੀਂ, ਉਹ 'ਚ ਕੀ ਹੈ, ਤੂੰ ਆਪਣੀ ਸੀਟ ਲੈਣੀ ਆ ਕਾਕਾ, ਤੂੰ ਜਾਓ ਅਸੀਂ ਪਿੱਛੇ ਅਰਦਾਸ ਕਰਕੇ ਜਾਣਾ, ਤੂੰ ਫਿਕਰ ਨਾ ਕਰ, ਤੂੰ ਮਤਲਬ ਸੀਟ ਲੈ ਕੇ ਆਏਗਾ। ਇਹ ਹੌਸਲਾ, ਇਹ ਸਾਡੇ ਸੱਭਿਆਚਾਰ ਵਿੱਚ ਹੌਸਲਾ, ਇਹ ਸਾਡੇ ਖੂਨ ਜਿਹੜਾ ਪਿਛਲਾ ਜਿਹੜਾ ਆ, ਜਦੋਂ ਤੁਹਾਡੇ ਮੋਢੇ 'ਤੇ ਤੁਹਾਡੇ ਸਿਰ 'ਤੇ ਹੱਥ ਰੱਖਦੇ, ਤੁਹਾਡਾ ਦਾਦਾ ਪਰਦਾਦਾ ਕੋਈ ਹੱਥ ਰੱਖਦੇ ਨਾ, ਇੱਕ ਮਨ 'ਚ ਇੰਨੀ ਕੁ ਸ਼ਕਤੀ ਆ ਜਾਂਦੀ ਹੈ, ਸ਼ਕਤੀ ਸਭ ਲੱਗਦਾ ਅਸੀਂ ਪਹੁੰਚ ਗਏ ਹਾਂ ਬਸ। ਬਿਲਕੁਲ ਜੀ, ਬਿਲਕੁਲ। ਅਤੇ ਉੱਥੇ ਪਹੁੰਚੇ, ਉੱਥੋਂ ਫਿਰ ਮੈਂ ਆਪਣੀ ਕੀ ਕਹਿੰਦੇ ਆ ਉਹ ਤਿਆਰੀ ਕੀਤੀ, PMT ਕਲੀਅਰ ਕੀਤੀ, ਮੈਨੂੰ MBBS ਮਿਲੀ ਪਿੰਡ ਜਲੰਧਰ। ਅੱਛਾ ਜੀ, ਦੇਖੋ ਉੱਥੇ RMP ਸੀ ਜਦੋਂ ਮਿਲੀ ਪਿੰਡ 'ਚ ਚਾਹ ਚੜ੍ਹ ਕੇ ਕਿ ਮੁੰਡਾ ਤਾਂ ਇਹਨਾਂ ਦਾ ਕਹਿੰਦੇ ਕਿ ਬਹੁਤ ਵੱਡਾ ਡਾਕਟਰ ਬਣ ਗਿਆ, ਕਹਿੰਦੇ ਆ ਤਾਂ ਕੁਛ ਵੀ ਨਹੀਂ, ਉਹ ਤਾਂ ਡਾਕਟਰ ਹੀ ਹੋਰ ਹੁੰਦਾ। ਉਹ ਵੱਡਾ ਡਾਕਟਰ ਹੁੰਦਾ, ਉਹ ਅਨਪੜ੍ਹ, ਉਹ ਅਨਪੜ੍ਹ ਉੱਪਰ ਖੁਸ਼ ਦਿਲ, ਕਹਿੰਦੇ ਮੁੰਡਾ ਉਹ ਸਾਰੇ ਵਧਾਈਆਂ ਦੇਣ ਆ ਕੇ ਫਾਦਰ ਸਾਹਿਬ ਨੂੰ, ਕਹਿੰਦੇ ਮੁੰਡਾ ਤੁਹਾਡਾ ਤਾਂ ਬੜਾ ਹੀ ਵੱਡਾ ਡਾਕਟਰ ਬਣ ਗਿਆ, ਹੁੰਦਾ ਕੀ ਹੈ? ਕਹਿੰਦੇ MBBS, ਕਹਿੰਦੇ ਉਹ ਨਹੀਂ ਸਮਝ ਆਉਂਦੀ ਕਾਕਾ, ਬਸ ਇੰਨਾ ਪਤਾ ਕਿ ਵੱਡਾ ਡਾਕਟਰ ਬਣ ਗਿਆ, ਹੈ ਨਾ ਜੀ। ਅਤੇ ਉੱਥੇ ਫਿਰ ਮੈਂ ਕੀਤੀ MBBS, 2016 'ਚ ਪਾਸ ਆਊਟ ਹੋਇਆ ਜੀ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਦੱਸੋ, ਤੁਸੀਂ ਸ਼ੌਕ ਸੀ ਤੁਹਾਨੂੰ ਡਾਕਟਰ ਬਣਨ ਦਾ, ਡਾਕਟਰ ਵੀ ਬਣ ਗਏ ਜੀ, ਪਰ ਤੁਹਾਡੇ ਵਿਚਾਰਾਂ ਦੇ ਵਿੱਚ IAS ਬਣਨ ਦਾ ਜਿਹੜਾ ਮੂਡ ਹੈ ਜੀ, ਕਦੋਂ ਪਿਆ? ਦੇਖੋ ਜੀ, ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਜ਼ਰੂਰੀ ਗੱਲ ਤੁਹਾਨੂੰ ਦੱਸਾਂ, ਸਾਡੇ ਪੂਰੇ ਪੰਜਾਬੀਆਂ ਦੇ ਖੂਨ 'ਚ ਇੱਕ ਚੀਜ਼ ਦੌੜਦੀ ਹੈ ਅਤੇ ਦੌੜਦੀ ਆਈ ਹੈ ਅਤੇ ਸਬੂਤ ਵੀ ਦਿੰਦੀ ਆਈ ਹੈ, ਉਹ ਹੈ ਲੋਕ ਸੇਵਾ ਜੀ। ਸਰਵਿੰਗ ਹਿਊਮੈਨਿਟੀ ਇਜ਼ ਟੌਪ ਮੋਸਟ ਪ੍ਰਿਓਰਿਟੀ ਜੀ, ਬਾਕੀ ਸਾਡੇ ਲਈ ਮੁਸਲਿਮ, ਹਿੰਦੂ, ਕ੍ਰਿਸ਼ਚਨ, ਸਿੱਖ ਕੋਈ ਨਹੀਂ ਹੈ, ਸਾਡੇ ਲਈ ਇਹ ਹੈ ਕਿ ਲੋਕਾਂ ਦੀ ਸੇਵਾ, ਇਨਸਾਨੀਅਤ। ਉਹ ਸ਼ੁਰੂ ਤੋਂ ਖੂਨ ਸੀਗਾ ਜੀ। ਜਦੋਂ ਅਸੀਂ MBBS ਆਏ, ਮੈਨੂੰ ਯਾਦ ਹੈ ਮੈਂ 4th ਸਾਲ 'ਚ ਸੀਗਾ, 4th ਈਅਰ 'ਚ। ਫਿਰ ਉਦੋਂ ਥੋੜ੍ਹਾ ਜਿਹਾ ਹੋ ਜਾਂਦਾ ਕਿ ਪਿੱਛੋਂ ਡੇਰੇ ਬਾਬਾ ਨਾਨਕ ਤੋਂ ਬੜਾ ਮਨ 'ਚ ਸੀਗਾ, ਮੇਰੇ ਆਪਣੇ ਦਾਦਾ ਹੀ ਕਹਿੰਦੇ ਸੀਗੇ, ਕਹਿੰਦੇ ਪੋਤੇ ਬਣ ਕੇ ਨਾ ਲੋਕਾਂ ਦੀ ਸੇਵਾ ਕਰਨੀ ਆਪਾਂ। ਫਿਰ ਮੇਰਾ ਇੱਕ ਜਦੋਂ ਵੀ ਮੈਂ ਉੱਥੇ ਛੁੱਟੀ ਲੈ ਕੇ ਜਾਂ ਕਦੀ ਸ਼ਨੀ ਐਤਵਾਰ ਘਰ ਜਾਂਦਾ ਸੀ, ਉੱਥੇ ਫ੍ਰੀ ਆਪਣੀ ਦਵਾਈਆਂ ਦੇ ਕੈਂਪ ਲਾਈਦਾ ਸੀਗਾ, ਲੋਕਾਂ ਨੂੰ ਵੇਖੀਦਾ ਸੀ। ਉਹਦੇ 'ਚੋਂ ਮੈਂ ਨਾ ਇੱਕ ਬੜੀ ਧਿਆਨ ਨਾਲ ਨੋਟਿਸ ਕੀਤੀ, ਕਿਉਂਕਿ ਅੱਜ ਦੇ ਯੁੱਗ 'ਚ ਮਸ਼ੀਨੀਕਰਨ ਜਿਹੜਾ ਬਹੁਤ ਮਹਿੰਗਾ, ਦਵਾਈਆਂ ਵੀ ਬਹੁਤ ਮਹਿੰਗੀਆਂ, ਟੈਸਟ ਵੀ ਬਹੁਤ ਮਹਿੰਗੇ ਆ, ਆਪਣੀ ਜੇਬ 'ਚੋਂ ਮੈਂ ਸਾਰੇ ਸਮਾਜ ਦੀ ਸੇਵਾ ਨਹੀਂ ਕਰ ਪਾਵਾਂ, ਭਾਵੇਂ ਜਿੰਨਾ ਵੀ ਕਰ ਲਵਾਂ। ਅਤੇ ਉਸ ਤੋਂ ਬਾਅਦ ਮੇਰੇ ਜਿਹੜੇ ਯਾਰ ਦੋਸਤ ਸੀ, ਕਿ ਇਹਦੇ ਫਾਦਰ ਇਨਕਮ ਟੈਕਸ ਕਮਿਸ਼ਨਰ ਹੈ, ਕਿ ਇਹਦੇ ਮਦਰ ਕੋਈ SP ਨੇ, ਕਿ ਇਹਦੇ ਫਾਦਰ DSP ਨੇ, ਉਹ ਸਾਨੂੰ ਮਿਲਾਉਂਦੇ ਰਹਿੰਦੇ ਸੀਗੇ, ਕਿਉਂਕਿ ਉਹਨਾਂ ਦੇ ਲਈ ਇੱਕ ਬੜੀ ਟੋਰ ਵਾਲੀ ਗੱਲ, ਅਤੇ ਸਾਨੂੰ ਸੀਗਾ ਕਿ ਉਹ ਮਿਲਾਉਂਦੇ ਸੀ ਕਿ ਚਲੋ ਟੋਰ ਬਣੇਗੀ, ਸਾਨੂੰ ਵੀ ਹੁੰਦਾ ਕਿ ਆਪਣੇ ਦੋਸਤ ਦੇ ਫਾਦਰ ਦੇ ਅਫਸਰ ਦੇ ਘਰ ਗਏ। ਬਟ ਉੱਥੇ ਜਦੋਂ ਇੰਟਰੈਕਸ਼ਨ ਹੁੰਦੀ, ਉਹਨਾਂ ਨੇ ਅੰਕਲ ਨਾਲ ਵੀ ਗੱਲਾਂ ਹੁੰਦੀਆਂ ਸੀਗੀਆਂ, ਉਹ ਕਹਿੰਦੇ ਕਿ ਕਹਿੰਦੇ ਪੁੱਤਰ ਇਹਦੇ ਵਿੱਚ ਆਉਣ ਦਾ ਤੁਹਾਡੇ ਕੋਲ ਇੱਕੋ ਵਧੀਆ ਚੀਜ਼ ਹੈ, ਸਰਕਾਰ ਤੁਹਾਨੂੰ ਪਾਵਰ ਦਿੰਦੀ ਹੈ, ਸਰਕਾਰ ਤੁਹਾਨੂੰ ਉਹਦੀ ਫੈਸਿਲਿਟੀ ਦਿੰਦੀ ਹੈ, ਸਰਕਾਰ ਤੁਹਾਨੂੰ ਪੈਸਾ ਦਿੰਦੀ ਹੈ, ਹਰ ਸਹੂਲਤ ਦਿੰਦੀ ਹੈ, ਤੁਸੀਂ ਲੋਕਾਂ ਦੀ ਸੇਵਾ ਕਰ ਸਕੋ ਜੀ, ਤੁਸੀਂ ਕੁਛ ਨਹੀਂ ਕਰਨਾ, ਸਰਕਾਰ ਸਭ ਕੁਛ ਦੇਗੀ, ਅਤੇ ਏਜੰਟ ਬਣ ਕੇ ਉਹਨਾਂ ਦੇ ਜਾਣਾ ਅਤੇ ਲੋਕਾਂ ਦੀ ਸੀਸਾਂ ਖੱਟਣੀ।
ਜੀ ਅਤੇ ਉਹ ਇੱਕ ਮਨ 'ਚ ਨਾ ਬੜੀ ਕੀ ਗੱਲ ਵੱਜੀ ਕਿ ਕਿਉਂ ਨਾ ਜੇ ਅਸੀਂ ਇੰਨੀ ਮਿਹਨਤ ਕਰਕੇ ਡਾਕਟਰ ਬਣ ਸਕਦੇ ਹਾਂ ਤਾਂ ਮਿਹਨਤ ਕਰਕੇ ਇੱਧਰ ਵੀ ਆ ਸਕਦੇ ਹਾਂ, ਇੱਕ ਵਾਰੀ ਕਰੀਏ ਟਰਾਈ ਜੀ। ਅਤੇ ਫਿਰ ਅਸੀਂ 2014 'ਚ ਆਪਣੇ ਮੇਰੇ ਕੋਲੇ ਦੇ ਸਾਹਮਣੇ ਇੱਕ ਛੋਟਾ ਜਿਹਾ ਇੰਸਟੀਟਿਊਟ ਖੁੱਲ੍ਹਿਆ ਅਤੇ ਉੱਥੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਮੈਂ 16 'ਚ ਪਾਸ ਆਊਟ ਮਨ ਬਣਾ ਲਿਆ ਕਿ ਹੁਣ ਮੈਂ ਅਫਸਰ ਬਣ ਕੇ ਜਾਣਾ। ਅਤੇ ਇੱਕ ਪਿੰਡ 'ਚ ਫਿਰ ਇੱਕ ਗੱਲ ਕੱਢਣੀ ਹੈ ਕਿ ਤੁਹਾਡਾ ਮੁੰਡਾ ਅਫਸਰ ਬਣ ਗਿਆ, ਵੱਡਾ ਅਫਸਰ ਬਣ ਗਿਆ। ਇਹ ਨਹੀਂ ਪਤਾ ਕਿ ਵੱਡਾ ਅਫਸਰ ਬਣ ਗਿਆ। ਉਹ ਕਹਿੰਦੇ ਹੁਣ ਪਹਿਲਾਂ ਲੈ ਜੀ ਮੁੰਡਾ ਪਹਿਲਾਂ ਡਾਕਟਰ ਵੱਡਾ ਬਣਿਆ ਅਤੇ ਹੁਣ ਵੱਡਾ ਅਫਸਰ ਬਣ ਗਿਆ, ਹੈ ਨਾ। ਅਤੇ ਇਹ ਮੈਂ ਤੁਹਾਨੂੰ ਗੱਲ ਦੱਸਣਾ ਚਾਹਾਂਗਾ, ਸਾਰੇ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ, ਹਮੇਸ਼ਾ ਜ਼ਿੰਦਗੀ 'ਚ ਆਏ ਹੋ, ਕੁਛ ਵਧੀਆ ਕਰਕੇ ਜਾਓ। 84 ਲੱਖ ਜੂਨ ਤੋਂ ਬਾਅਦ 1 ਜੂਨ ਮਿਲਣੀ ਹੈ, ਉਹੋ ਜਿਹਾ ਨਾ ਕਮਾ ਕੇ ਜਾਓ। ਸਾਡੇ ਸ਼ਹੀਦ, ਸਾਡੇ ਗੁਰੂ ਪੀਰ, ਚਲੋ ਉਹ ਤਾਂ ਬੜੀਆਂ ਉੱਚੀਆਂ ਸ਼ਖਸੀਅਤਾਂ ਅਤੇ ਰੱਬ ਸੀਗੇ ਸ਼ਹੀਦ, ਜਿਹੜੇ ਵੀ ਇੱਥੇ ਨਾ ਖੱਟ ਕੇ ਗਿਆ, ਰਹਿਣਾ ਕਿਸੇ ਨੇ ਨਹੀਂ, ਉਹੋ ਜਿਹਾ ਨਾ ਖੱਟ ਕੇ ਜਾਓ। ਤੁਹਾਡੇ ਮਾਂ ਪਿਓ, ਤੁਹਾਡਾ ਪਿੰਡ, ਤੁਹਾਡਾ ਏਰੀਆ, ਜਿੱਦਾਂ ਕਿ ਮੈਂ ਮਾਝੇ ਵਾਲਾ, ਉਹ ਯਾਦ ਕਰਨ ਕਿ ਬੰਦਾ ਇੱਥੋਂ ਉੱਠਿਆ ਹੀ, ਉਹ ਮੁਕਾਮ 'ਤੇ ਪਹੁੰਚ ਕੇ ਗਿਆ, ਅਤੇ ਸਾਰਿਆਂ ਨੂੰ ਇੱਕ ਜਿਹੜੀ ਹੈ ਪਿੱਛੇ ਮੋਰਲ ਜਿਹੜੀ ਹੈ ਇੱਕ ਗਾਈਡ ਦੇਖ ਕੇ ਜਾਏ, ਇੰਸਪੀਰੇਸ਼ਨ ਮਿਲ ਸਕੇ। ਜੀ ਬਿਲਕੁਲ ਜੀ। ਅਤੇ ਉਸ ਤੋਂ ਬਾਅਦ ਫਿਰ ਮੈਂ ਅਟੈਂਪਟ ਦਿੰਦਾ ਗਿਆ, 2016 'ਚੋਂ ਨਿਕਲਿਆ, 17 'ਚ ਪਹਿਲਾਂ ਦਿੱਤਾ ਅਤੇ ਰਹਿ ਗਿਆ, ਚਲ ਪਹਿਲਾਂ ਸੀਗਾ, ਤਜੁਰਬਾ ਹੁੰਦਾ। ਅਤੇ ਉਸ ਤੋਂ ਬਾਅਦ ਮੈਂ ਚਲਾ ਗਿਆ ਚੰਡੀਗੜ੍ਹ, ਦੂਸਰਾ ਅਟੈਂਪਟ ਉੱਥੇ ਦਿੱਤਾ। ਅਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੌਸਲਾ ਪਿੱਛੋਂ ਹੌਸਲਾ ਕਿੱਦਾਂ ਮਿਲਦਾ। ਕੁਛ ਨੰਬਰਾਂ ਤੋਂ ਮੈਂ ਰਹਿ ਗਿਆ ਦੂਜੀ ਵਾਰੀ, ਹਾਂਜੀ ਦੂਜੀ ਵਾਰੀ ਵੀ ਕੁਛ ਨੰਬਰਾਂ ਤੋਂ ਰਹਿ ਗਿਆ। ਅਤੇ ਜਦੋਂ ਉੱਥੋਂ ਮੈਂ ਰਹਿ ਗਿਆ ਤਾਂ ਬੜਾ ਸ਼ੌਕ ਹੋਇਆ ਕਿ 1-2 ਨੰਬਰਾਂ ਤੋਂ ਜੇ ਤੂੰ ਰਹਿ ਜਾਂਦੇ ਹੋ ਨਾ, ਇੱਕ ਮਨ ਨੂੰ ਝਟਕਾ ਲੱਗਦਾ ਕਿ ਯਾਰ 1.5 ਸਾਲ ਦਾ ਮਿਹਨਤ ਦਾ ਪੀਰੀਅਡ ਹੈ, ਕੀ ਮੈਂ ਕਰ ਪਾਵਾਂਗਾ ਕਿ ਨਹੀਂ। ਫਿਰ ਮੈਂ ਚਲ ਗਿਆ ਘਰ, ਉੱਥੇ ਫਿਰ ਬਜ਼ੁਰਗ ਬੈਠੇ ਸੀ, ਦਾਦਾ ਜੀ ਬੈਠੇ, ਦਾਦੀ ਬੈਠੇ, ਕੁਝ ਪਿੰਡ ਵਾਲੇ ਐਨ ਸਮਝਦਾਰ ਬਜ਼ੁਰਗ, ਉਹ ਕਹਿੰਦੇ ਪੁੱਤਰ ਇਹ ਕਿਹੜੀ ਗੱਲ ਹੈ। ਫਿਰ ਐਵੇਂ ਆਪਣੀਆਂ ਗੱਲਾਂ ਦੱਸਣੀਆਂ, ਪੁੱਤਰ ਇੱਕ ਵਾਰੀ ਮੈਂ ਨਾ ਉੱਥੇ ਮੋਛਾ ਡਿੱਗ ਗਿਆ, ਉਹਦਾ ਦਰਖਤ ਡਿੱਗ ਗਿਆ, ਕਹਿੰਦੇ ਘਰ ਬਲ ਨਹੀਂ ਹੈਗਾ। ਮੈਂ ਕਿਹਾ ਚੱਲ ਮੋਢੇ 'ਤੇ ਚੁੱਕੇ ਲਿਆ ਚੱਲੀ, ਲੋਕ ਹੱਸਣ ਲੱਗ ਪਏ। ਕਹਿੰਦਾ ਪਹਿਲਾਂ ਮੋਢੇ 'ਤੇ ਚੁੱਕਿਆ ਅਤੇ ਮੈਂ ਡਿੱਗ ਗਿਆ, ਅਤੇ ਕਹਿੰਦਾ ਦੂਜੀ ਵਾਰੀ ਮੋਢੇ ਚੁੱਕਿਆ, ਕਹਿੰਦਾ ਪੱਗ ਡਿੱਗ ਗਈ। ਕਹਿੰਦਾ ਬੇਇੱਜ਼ਤੀ ਤਾਂ ਬੜੀ ਹੋਈ। ਕਹਿੰਦਾ ਮਨ 'ਚ ਆ ਗਿਆ ਹੁਣ ਨਹੀਂ, ਹੁਣ ਮੈਂ ਇਹਨੂੰ ਚੁੱਕ ਕੇ ਛੱਡਣਾ ਹੀ ਛੱਡਣਾ। ਕਹਿੰਦਾ ਫਿਰ ਮੈਂ ਨਾ ਲੱਕ ਨੂੰ ਬੰਨਿਆ ਪਰਨਾ ਅਤੇ ਮੋਢੇ 'ਤੇ ਰੱਖ ਲਿਆ, ਹੌਲੀ ਹੌਲੀ ਟੈਂਦਾ 1.5 ਕਿਲੋਮੀਟਰ ਪੂਰਾ ਜਿਹੜਾ ਰੁੱਖ ਹੀ ਚੁੱਕ ਕੇ ਆਪਣੇ ਘਰ ਲੈ ਆਉਂਦਾ ਜੀ। ਫਿਰ ਲੋਕਾਂ ਨੇ ਸ਼ਾਬਾਸ਼ੀ ਵੀ ਦਿੱਤੀ, ਅਤੇ ਮੈਨੂੰ ਇਹਨੂੰ ਯਾਦ ਆ, ਕਹਿੰਦਾ ਕਿ ਘਿਓ ਦਾ ਟੀਣ ਦਿੱਤਾ 10 ਕਿਲੋ ਦਾ, ਬੱਲੇ ਉਹ ਸ਼ੇਰਾ ਤੂੰ ਤਾਂ ਸਾਡੇ ਪਿੰਡ ਦੀ ਸ਼ਾਨ ਹੈ, ਨਾ ਉਹ ਕਰਤਾ ਨਾ ਕਰਤਾ। ਉਹ ਜਦੋਂ ਮੈਂ ਗੱਲ ਸੁਣਾਈ ਨਾ, ਕਹਾਣੀ ਭਣੀ, ਹੁਣ ਸੱਚੀ ਕਿ ਝੂਠੀ, ਪਰ ਜੋ ਕਹਾਣੀ ਸੁਣਾਈ ਇੱਕ ਖੂਨ ਉਬਲ ਗਿਆ ਜੀ। ਕਿ ਫਿਰ ਮੈਂ ਬਜ਼ੁਰਗਾਂ ਨੂੰ ਕਿਹਾ, ਆਪਣੇ ਫਾਦਰ ਨੂੰ ਕਿਹਾ ਕਿ ਹੁਣ ਮੈਂ ਕਰਕੇ ਆਵਾਂਗਾ, ਤੁਸੀਂ ਅਰਦਾਸ ਰੱਖਿਓ, ਇਸ ਤੋਂ ਪਹਿਲਾਂ ਮੈਂ ਨਹੀਂ ਆਉਂਦਾ ਜੀ। ਫਿਰ ਅਸੀਂ ਆਪਣਾ ਚਲੋ ਆਪਣਾ ਤਿਆਰੀ ਵਿਆਰੀ ਕੀਤੀ ਅਤੇ ਦਿੱਲੀ ਚਲ ਗਏ ਜੀ। ਫਿਰ ਦਿੱਲੀ ਤਿਆਰੀ ਕੀਤੀ, ਉੱਥੇ ਮੇਰੇ ਤੋਂ ਕਈ ਜ਼ਿਆਦਾ ਇੰਟੈਲੀਜੈਂਟ ਸੁਪਰੀਮ ਮਾਈਂਡਸ ਉੱਥੇ ਬੈਠੇ ਸੀਗੇ। ਬਟ ਫਿਰ ਮੈਨੂੰ ਇੱਕ ਚੀਜ਼ ਉਹਨਾਂ ਸਮਝਾਈ ਸੀ, ਕਹਿੰਦੇ ਪੁੱਤਰ ਤੂੰ ਇੱਕ ਕੁਰਸੀ ਲਈ ਜਾਣਾ ਹੈ, ਤੂੰ ਆਪਣੀ ਇੱਕ ਸੀਟ ਲਈ ਜਾਣਾ, ਤੂੰ ਬਾਕੀਆਂ ਦੀ ਗੱਲ ਨਹੀਂ ਕਰਨੀ ਆਪਣੀ। ਹਾਂ, ਜਿੱਦਾਂ ਅਸੀਂ ਕਹਿੰਦੇ ਕਿ ਘੋੜਾ ਤੁਰਦਾ ਨਾ, ਇੱਥੇ ਸਾਈਡਾਂ ਲਾ ਦਈਦਾ, ਅਤੇ ਕਹਿੰਦੇ ਬਸ ਇੱਦਾਂ ਲਾ ਲਾ, ਜਿਵੇਂ ਅਰਜਨ ਦੀ ਜਿਹੜੀ ਨਜ਼ਰ ਹੁੰਦੀ ਨਾ, ਉਹ ਚਿੜੀ ਦੀ ਅੱਖ 'ਤੇ ਹੁੰਦੀ ਆ, ਬਿਲਕੁਲ ਉਹ ਨਜ਼ਰ ਹੋਣੀ ਚਾਹੀਦੀ। ਬਿਲਕੁਲ ਜੀ। ਅਤੇ ਫਿਰ ਉੱਥੇ ਕਰੇ, ਅਤੇ ਕਿਰਪਾ ਰਹੀ, ਸਾਰਿਆਂ ਦਾ ਆਸ਼ੀਰਵਾਦ ਰਿਹਾ, ਪਿੰਡ ਦਾ ਸਾਥ ਰਿਹਾ। ਮੈਂ ਤੁਹਾਨੂੰ ਕਹਾਂ ਕਿ ਮੈਂ 2020 'ਚ IAS ਕਲੀਅਰ ਕੀਤੀ, ਮੈਨੂੰ ਪੰਜਾਬ ਕੈਡਰ ਮਿਲਿਆ, ਅੱਜ ਮੈਂ STM ਲੁਧਿਆਣਾ ਬੈਠੇ। ਅਤੇ ਪਿੰਡ ਦੇ ਬਜ਼ੁਰਗ ਵੀ ਕਹਿੰਦੇ ਨੇ ਬੱਲੇ ਬੱਲੇ ਬੱਲੇ, ਮੁੰਡਾ ਤਾਂ ਬਹੁਤ ਵੱਡਾ ਅਫਸਰ ਬਣ ਗਿਆ, ਅਤੇ ਫਿਰ ਜਦੋਂ ਤੁਸੀਂ ਪਿੰਡ ਆਏ ਹੋਣੇ ਹੋ IAS ਬਣ ਕੇ, ਫਿਰ ਤਾਂ ਬੱਲੇ ਬੱਲੇ ਹੋ ਗਈ ਹੋਣੀ ਆ, ਬੜੇ ਖੁਸ਼ ਹੋਏ ਹੋਣੇ। ਬਿਲਕੁਲ ਜੀ ਬਿਲਕੁਲ। ਉਹ ਮੇਲਾ ਸੀਗਾ, ਉਹ ਜਿਹੜਾ ਵਿਸਾਖੀ ਦਾ ਮੇਲਾ ਲੱਗਦਾ ਸਾਡੇ ਪਿੰਡ 'ਚ ਮੇਲਾ ਸੀ ਜੀ। ਅਤੇ ਅੱਜ ਜੋ ਅੱਖਾਂ ਬੰਦ ਕਰੀ ਨਾ, ਕਈ ਵਾਰੀ ਮਨ ਭਰ ਵੀ ਜਾਂਦਾ ਕਿ ਯਾਰ ਉਹ ਰੂਹਾਂ ਜੀ, ਉਹ ਰੂਹਾਂ ਜਿਹੜੀਆਂ ਚਾਹ ਕਰਦੀਆਂ ਸੀ। ਮੈਂ ਆਪਣੇ ਪਿਓ ਦਾ ਪੁੱਤ ਘੱਟ ਸੀ ਅਤੇ ਪਿੰਡ ਦਾ ਪੁੱਤ ਜ਼ਿਆਦਾ ਸੀ,
ਅਤੇ ਉਹ ਰੂਹਾਂ ਹਜੇ ਵੀ ਕਹਿੰਦੇ ਬਜ਼ੁਰਗ ਜਿਹੜੇ ਰਹਿ ਗਏ ਨੇ ਫੋਨ ਕਰਦੇ ਆ ਕਿ ਪੁੱਤਰਾ ਕਿੱਥੇ ਹੈ, ਉਹੀ ਦੇਸੀ ਭਾਸ਼ਾ 'ਚ ਤੂੰ ਵੱਡਾ ਅਫਸਰ ਬਣ ਗਿਆ ਯਾਦ ਨਹੀਂ ਕਰਦਾ। ਮੈਂ ਕਿਹਾ ਬਾਪੂ ਮੈਂ ਬੜਾ ਇੱਥੇ ਬੀਜ਼ੀ ਹਾਂ, ਕੰਮ ਚੱਲਦਾ ਤਾਂ ਕਰਕੇ ਮੈਂ ਆਵਾਂਗਾ, ਚੱਲ ਫਿਰ ਆ ਜੀ ਮਿਲ ਜੀ, ਐਵੇਂ ਨਾ ਤੁਰ ਵਸੀਏ। ਜੀ ਬਿਲਕੁਲ ਜੀ ਡਾਕਟਰ ਸਾਹਿਬ, ਜੋ ਸਾਡੇ ਉਹਨਾਂ ਪਿੰਡਾਂ ਦੇ ਵਿੱਚ ਦੀਦ ਪਿਆਰ ਮੁਹੱਬਤ ਹੈ ਨਾ, ਉਹ ਕਿਤੇ ਨਾ ਕਿਤੇ ਸ਼ਹਿਰਾਂ ਦੇ ਵਿੱਚ ਮੈਨੂੰ ਨਦਾਰਦ ਜਿਹੜੀ ਉਹ ਨਜ਼ਰ ਆਉਂਦੀ ਹੈ, ਉਹ ਚੀਜ਼ਾਂ ਹੀ ਅਲੱਗ ਨੇ, ਅਲੱਗ ਹੀ ਆ। ਬਿਲਕੁਲ ਜੀ ਗੱਲ ਕਿਤੇ ਨਾ ਕਿਤੇ ਤੁਹਾਡੀ ਸਹੀ ਹੈ। ਅੱਜ ਕੱਲ੍ਹ ਸਾਡੀ ਸੋਸਾਇਟੀ ਨੇ ਕੀ ਕਰਤਾ, ਮਟੀਰੀਅਲਿਸਟਿਕ ਹੋ ਗਏ, ਪੈਸਾ ਸਭ ਕੁਛ ਹੋ ਗਿਆ। ਅੱਜ ਕੱਲ੍ਹ ਬੱਚਾ ਜੇ 3 ਸਾਲ ਦਾ ਹੋ ਜੇ, ਮਾਂ ਪਿਓ ਨੂੰ ਟੈਨਸ਼ਨ ਪੈ ਜਾਂਦੀ ਹੈ ਕਿ ਇਹਨੂੰ ਮੈਂ ਵਧੀਆ ਸਕੂਲ 'ਚ ਪੜ੍ਹਾਵਾਂ, ਇੰਗਲਿਸ਼ ਸਿਖਾਵਾਂ, ਇਹਨੂੰ ਫੋਨ 'ਤੇ ਸਭ ਕੁਛ ਆਉਣਾ ਚਾਹੀਦਾ, ਕੰਪਿਊਟਰ 'ਤੇ ਸਭ ਕੁਛ ਆਉਣਾ ਚਾਹੀਦਾ। ਇਹ ਨਹੀਂ ਵੇਖਦੇ ਕਿ ਇਹਨੂੰ ਬਜ਼ੁਰਗਾਂ ਨੂੰ ਸਤਿਕਾਰ ਕਿੱਦਾਂ ਦੇਣਾ, ਬਹਿ ਕੇ ਗੱਲ ਕਿੱਦਾਂ ਕਰਨੀ ਆ, ਮਾਂ ਪਿਓ ਦਾ ਆਸ਼ੀਰਵਾਦ ਕਿੱਦਾਂ ਲੈਣਾ, ਆਣ ਕੇ ਜਾ ਕੇ ਸਤਿ ਸ਼੍ਰੀ ਅਕਾਲ ਕਿੱਦਾਂ ਬੁਲਾਉਣੀ ਹੈ, ਨਮਸਤੇ ਕਿੱਦਾਂ ਬੁਲਾਉਣੀ ਹੈ, ਉਹ ਚੀਜ਼ਾਂ ਜਿਹੜੀਆਂ ਭੁੱਲ ਗਈਆਂ। ਉਹਦੇ ਕਰਕੇ ਜਿਹੜੀ ਇਹ ਜਿਹੜੀ ਸੁਸਾਇਟੀ ਆ ਨਾ, ਇਹ ਬੜੀ ਦੂਜੇ ਰਾਹ 'ਤੇ ਚੱਲ ਪਈ, ਸੱਭਿਆਚਾਰਕ ਭੁੱਲ ਗਿਆ ਜੀ। ਚਲੋ ਹੁਣ ਡਾਕਟਰ ਸਾਹਿਬ, ਤੁਸੀਂ ਇਸ ਵੇਲੇ SDM ਵੈਸਟ ਹੈਗੇ ਹੋ ਲੁਧਿਆਣੇ ਜੀ, ਹੈ ਨਾ, ਅਤੇ ਹੁਣ ਤੁਹਾਡੇ ਜੇ ਅਸੀਂ ਕੰਮਕਾਜ ਦੀ, ਤੁਹਾਡੇ ਇਸ ਸੇਵਾ ਦੀ ਗੱਲ ਕਰ ਲਈਏ ਐਜ਼ ਏ SDM ਵੈਸਟ, ਸੋ ਕਿੱਦਾਂ ਦਾ ਤੁਹਾਡਾ ਜਿਹੜਾ ਰੁਝੇਵਾਂ ਹੁੰਦਾ ਹੈ, ਉਹ ਕਿਸ ਢੰਗ ਨਾਲ ਤੁਹਾਡੇ ਜਿਹੜੀ ਕੰਮਕਾਰ ਦਾ ਤੌਰ ਤਰੀਕਾ ਉਹ ਕਿੱਦਾਂ ਦਾ ਰਹਿੰਦਾ ਸਾਰਾ ਦਿਨ? ਦੇਖੋ ਜਦੋਂ ਮੈਂ ਆਪਣਾ ਦਫ਼ਤਰ ਜੁਆਇਨ ਕੀਤਾ, ਇੱਕ SDM ਰਿਸਪੋਂਸੀਬਿਲਟੀ ਬਹੁਤ ਵੱਡੀ ਰਿਸਪੋਂਸੀਬਿਲਟੀ ਹੁੰਦੀ ਹੈ, ਸਬ ਡਿਵੀਜ਼ਨ ਮੈਜਿਸਟ੍ਰੇਟ ਹੁੰਦਾ, ਉਹਦੇ 'ਚ ਉਹਨੇ ਕਾਨੂੰਨ ਦੀ ਵਿਵਸਥਾ, ਲੋਕਾਂ ਦੀ ਪਹਿਲ ਦੇ ਤੌਰ 'ਤੇ ਕੰਮ ਕਰਨਾ, ਸਰਕਾਰੀ ਜੋ ਮੁੱਦੇ ਨੇ ਉਹ ਲੋਕਾਂ ਤੱਕ ਪਹੁੰਚਾਉਣੇ, ਜੋ ਫੈਸਿਲਿਟੀਆਂ ਦੇਣੀਆਂ, ਕੋਈ ਰੱਬ ਵੱਲੋਂ ਕੋਈ ਜਿਹੜੀ ਕੀ ਕਹਿੰਦੇ ਆ ਕਿ ਆਫਾਤ ਆਉਂਦੀ ਹੈ, ਕੋਈ ਮੁਸ਼ਕਲ ਆ ਜਾਂਦੀ, ਫਲੱਡ ਆਏ, ਉੱਥੇ ਲੋਕਾਂ ਦੇ ਨਾਲ ਮੋਢੇ ਦਾ ਮੋਢਾ ਖੜ੍ਹਾ ਕਰਕੇ ਆਪਣੀ ਕਰਨੀ। ਅਤੇ ਇਹਦੇ ਵਿੱਚ ਮੇਰਾ ਇੱਕੋ ਹੀ ਪਹਿਲਾ ਰਹਿੰਦਾ ਕਿ ਜਿਹੜਾ ਵੀ ਆ ਗਿਆ, ਵੱਡਾ ਛੋਟਾ ਉੱਚਾ ਨੀਵਾਂ, ਜਿਹੜਾ ਮੇਰੇ ਦਫ਼ਤਰ ਆ ਗਿਆ, ਉਹ ਮੇਰੇ ਦਫ਼ਤਰ ਤੋਂ ਖਾਲੀ ਨਾ ਜਾਏ, ਮੇਰੇ ਦਫ਼ਤਰ ਤੋਂ ਖੁਸ਼ ਹੋ ਕੇ ਜਾਏ ਕਿ ਇਹ ਮੇਰਾ ਆਇਆ ਹੀ, ਇਹ ਕੰਮ ਹੋ ਗਿਆ, ਅਤੇ ਮੈਨੂੰ ਬਸ ਹੋਰ ਕੁਛ ਨਹੀਂ ਚਾਹੀਦਾ। ਉਹਨਾਂ ਨਾਲ ਕਰਕੇ ਮੈਨੂੰ ਅਸੀਸਾਂ ਦੇ ਕੇ ਜਾਏ ਕਿ ਜਿਉਂਦਾ ਵਸਦਾ ਰਹੇ, ਉਹੋ ਜਿਹਾ ਅਫਸਰ ਸਦਾ ਬਹਾਰ ਆਉਂਦੇ ਰਹਿਣ। ਜੀ ਜੀ ਜੀ, ਸੋ ਇਹ ਕਿੰਨਵੀਂ ਤੁਹਾਡੀ ਪੋਸਟ ਹੈਗੀ ਹੈ, ਕਿਉਂਕਿ ਜਦੋਂ ਤੁਸੀਂ 2020 'ਚ IAS ਬਣੇ ਹੋਣਗੇ, ਹੈ ਨਾ, ਉਦੋਂ ਉਸ ਤੋਂ ਬਾਅਦ ਦੀ ਆਪਾਂ ਗੱਲ ਕਰੀਏ, ਕਿੰਨਵੀਂ ਤੁਹਾਡੀ ਪੋਸਟ ਆਈ ਹੈ, ਪਹਿਲਾਂ ਤੁਹਾਡੀ ਕਿੱਥੇ ਪੋਸਟਿੰਗ ਹੋਈ ਸਭ ਤੋਂ ਪਹਿਲੇ ਪੋਸਟ? ਇਸ ਤੋਂ ਜਦੋਂ ਅਸੀਂ ਮੈਂ 2020 'ਚ ਸਿਲੈਕਟ ਹੋਇਆ, ਸਾਡਾ ਕੋਈ ਸਾਲ ਡੇਢ ਸਾਲ ਦਾ ਟ੍ਰੇਨਿੰਗ ਦਾ ਪੀਰੀਅਡ ਹੁੰਦਾ, ਉਹਦੇ ਵਿੱਚ ਮਸੂਰੀ ਅਕੈਡਮੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਨੂੰ, ਉੱਥੇ ਲਾਲ ਬਹਾਦੁਰ ਸ਼ਾਸਤਰੀ ਅਕੈਡਮੀ ਹੈ। ਉਸ ਤੋਂ ਬਾਅਦ ਵੀ ਸਾਡੀ ਅਸਿਸਟੈਂਟ ਸੈਕਟਰੀ ਦੀ ਪੋਸਟਿੰਗ ਹੁੰਦੀ ਹੈ, ਮੈਂ ਮਨਿਸਟਰੀ ਰੋਡ ਟਰਾਂਸਪੋਰਟ ਅਸਿਸਟੈਂਟ ਸੈਕਟਰੀ ਦੇ ਹਾਂ, ਉਹ 2-3 ਮਹੀਨੇ ਦੀ ਹੁੰਦੀ ਹੈ। ਉਸ ਤੋਂ ਬਾਅਦ ਸਾਨੂੰ ਆਪਣੀ ਸਟੇਟ ਦਿੱਤੀ ਜਾਂਦੀ ਹੈ, ਜਿਵੇਂ ਕਿ ਮੈਨੂੰ ਪੰਜਾਬ ਦਿੱਤੀ ਗਈ, ਉਹਦੇ ਵਿੱਚ ਮੈਂ SGM ਧਾਰ ਕਲਾ ਰਿਹਾ, ਅਤੇ ਚਲੋ ਇਹ ਵੀ ਬੜੀ ਖੁਸ਼ੀ ਹੈ, ਧਾਰ ਕਲਾਂ ਪਠਾਨਕੋਟ ਦਾ ਛੋਟਾ ਜਿਹਾ ਏਰੀਆ, ਪਿਆਰਾ ਜਿਹਾ ਏਰੀਆ, ਪਿਛੜਿਆ ਜਿਹਾ ਏਰੀਆ, ਅਤੇ ਅੱਜ ਵੀ ਉੱਥੇ ਜੇ ਕਹਾਂ ਮੈਂ ਕਿ ਉਹੋ ਜਿਹੇ ਪਿੰਡ ਹੈਗੇ ਨੇ ਜਿੱਥੇ ਬੱਤੀ ਨਹੀਂ ਸੀ। ਮੈਂ ਉਹਨਾਂ ਡਾਕਟਰ ਸਾਹਿਬ ਉਹਨਾਂ ਏਰੀਆ ਨੂੰ ਪਿਛੜਿਆ ਨਹੀਂ ਕਹਾਂਗਾ, ਮੈਂ ਉਹਨਾਂ ਨੂੰ ਕਹਾਂਗਾ ਕੁਦਰਤ ਦਾ ਪਿਆਰਾ ਏਰੀਆ, ਕੁਦਰਤ ਦੇ ਨੇੜੇ ਏਰੀਆ, ਜਿੱਥੇ ਡਿਵੈਲਪਮੈਂਟ ਹੁੰਦੀ ਹੈ, ਮੈਨੂੰ ਲੱਗਦਾ ਕਿ ਕੁਦਰਤ ਦਾ ਘਾਣ ਹੀ ਹੋ ਜਾਂਦਾ ਜੀ। ਜੀ ਜਿੱਥੇ ਡਿਵੈਲਪਮੈਂਟ ਹੁੰਦੀ ਹੈ, ਕੁਦਰਤ ਮਤਲਬ ਕਿ ਕੁਛ ਚੀਜ਼ਾਂ ਇਹੋ ਜਿਹੀਆਂ ਨੇ ਕਿ ਰੁੱਖ ਵੱਢ ਦਿੱਤੇ ਜਾਂਦੇ ਨੇ ਜਾਂ ਚੀਜ਼ਾਂ, ਪਰ ਉਹ ਕੁਦਰਤ ਦੀ ਗੋਦ 'ਚ ਵਸੇ ਇਲਾਕੇ ਉਹ ਤਾਂ ਵਾਕਈ ਐਂ ਲੱਗਦਾ ਸਵਰਗ ਨੇ। ਦੇਖੋ ਜੇ ਮੈਂ ਪਿਛੜਿਆ ਕਹਿ ਰਿਹਾ, ਪਿਛੜਾ ਮੈਂ ਕਹਿ ਰਿਹਾ, ਮਟੀਰੀਅਲਿਸਟਿਕ ਨਹੀਂ ਹੈ ਜੀ ਜੀ, ਬਟ ਜੇ ਦੂਜੇ ਪਾਸੇ ਕਹੀਏ ਉਹ ਸਭ ਤੋਂ ਅਮੀਰ ਬੰਦੇ ਨੇ, ਰਿਚ, ਉਹ ਰੂਹਾਂ ਦੇ ਖੁਸ਼, ਦਿਲਾਂ ਦੇ ਖੁਸ਼, ਦਿਲਾਂ ਦੇ ਅਮੀਰ ਬੰਦੇ ਨੇ ਜੀ। ਅੱਜ ਜੇ ਝੋਂਪੜੀ 'ਚ ਰਹਿ ਰਹੇ ਨਾ, ਪਰ ਦਿਲ ਉਹਨਾਂ ਦਾ ਖਰਮਾਪਤੀ ਨਾਲ ਵਰਤਾ, ਜੇ 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 ਕੋਈ ਮਾੜਾ ਬੰਦਾ ਵੇਖ ਲਿਆ ਜੇਬ 'ਚ 5 ਰੁਪਏ ਆਉਣਾ, ਅਤੇ ਐਂ ਨਹੀਂ ਕਰਨਗੇ ਮੈਂ ਰੁਪਈਆਂ ਦੇਣਾ, 5 ਰੁਪਏ ਕੱਢ ਕੇ ਦੇ ਦੇਣਗੇ। ਬਿਲਕੁਲ ਇਹ ਪੱਖੋਂ ਕਹਿ ਰਿਹਾ ਮੈਂ, ਉੱਥੇ ਰਿਹਾ SDM,
ਤੇ ਆਪਣੇ ਉਹਨੂੰ ਪੂਰੀ ਰਹੀ ਸੇਵਾ ਕੀਤੀ, ਉਹ ਕੀਤੀ। ਅੱਜ ਵੀ ਮੈਨੂੰ ਕਿਤੇ ਫੋਨ ਆਉਂਦੇ ਨੇ ਉੱਥੋਂ ਤੇ ਖੁਸ਼ੀ ਹੁੰਦੀ ਰੂਹ ਨੂੰ, ਪੁੱਤ ਤੂੰ ਆਇਆ ਸੀਗਾ, ਤੂੰ ਇਹ ਕਰਵਾਤਾ, ਤੁਸੀਂ ਤੇ ਵਧੀਆ ਅਫਸਰ ਸੀਗੇ ਸਾਡੇ। ਮੈਂ ਕਿਹਾ ਮੈਨੂੰ ਆਸ਼ੀਰਵਾਦ ਦਿਓ, ਮੈਂ ਫਿਰ ਆਵਾਂਗਾ ਤੁਹਾਡੇ ਕੋਲ, ਤੁਹਾਡੀ ਫਿਰ ਸੇਵਾ ਕਰਾਂਗਾ। ਬਸ ਇੰਨੀ ਕੁ ਗੱਲ। ਉਸ ਤੋਂ ਬਾਅਦ ਮੈਂ ਟ੍ਰਾਂਸਫਰ ਹੋ ਗਿਆ ਲੁਧਿਆਣੇ 'ਚ। ਮੈਂ ਥੋੜ੍ਹਾ ਜਿਹਾ ਡਿਫਰੈਂਸ ਵੇਖਿਆ, ਇੱਥੇ ਬਹੁਤ ਹੀ ਮਤਲਬ ਲੋਡ ਜ਼ਿਆਦਾ ਹੈ, ਸ਼ਹਿਰ ਵੀ ਹੈ, ਪਿੰਡ ਵੀ ਹੈ, ਡਿਸਟ੍ਰਿਕਟ ਵੈਸਟ ਕੋਲੋਂ ਵੱਡਾ ਏਰੀਆ ਹੈ, ਅਤੇ ਫਿਰ ਲੋਕਾਂ ਦੇ ਇਸ਼ੂ ਵੀ ਵੱਡੇ ਹੈ, ਹੈ ਨਾ। ਤਾਂ ਉਹ ਜਿਹੜੀ ਇਸ਼ੂ ਹੈ ਵੱਡੇ, ਅਤੇ ਪਲੱਸ ਜਿਹੜੇ ਕੰਫਲਿਕਟਿਡ ਜ਼ਿਆਦਾ, ਮੈਂ ਉਹਨੂੰ ਬੜੀ ਬਰੀਕੀ ਦੇ ਨਾਲ ਸਮਝ ਕੇ ਅਤੇ ਉਹ ਕਰਨਾ ਪੈਂਦਾ। ਬਟ ਫਿਰ ਵੀ ਮੇਰੀ ਪ੍ਰਿਓਰਿਟੀ ਰਹਿੰਦੀ ਹੈ ਮੇਰੇ ਕੰਮ ਕਾਰ 'ਚ, ਜਿਹੜਾ ਮੇਰੇ ਕੋਲ ਦੁਖੀ ਆ ਗਿਆ ਉਹਨੂੰ ਮੈਂ ਪਹਿਲ ਦੇ ਤੌਰ 'ਤੇ ਨਾਲ ਨਿਪਟਾ ਕੇ ਅਤੇ ਉਹਨੂੰ ਭੇਜਦਾ। ਪ੍ਰੈਸ਼ਰ ਕਾਫੀ ਹੁੰਦਾ ਹੋਣਾ ਇੱਥੇ, ਜੇ ਆਪਾਂ ਕੰਪੈਰੀਜ਼ਨ ਕਰੀਏ ਉਧਰ ਦੇ, ਜਿੱਦਾਂ ਤੂੰ ਧਾਰਕਾਲਾਂ ਦੇ ਵਿੱਚ ਤੁਸੀਂ ਰਹੇ ਹੋ ਐਸਡੀਐਮ, ਤੇ ਇੱਧਰ ਤਾਂ ਬਹੁਤ ਵੱਡਾ ਜ਼ਿਆਦਾ ਫਰਕ ਹੁੰਦਾ ਹੋਣਾ, ਹੈ ਨਾ। ਮਤਲਬ ਕਿ ਕੰਮ ਦਾ ਵੀ ਪ੍ਰੈਸ਼ਰ ਬਹੁਤ ਜ਼ਿਆਦਾ, ਵਰਕਲੋਡ ਬਹੁਤ ਜ਼ਿਆਦਾ। ਦੇਖੋ ਜੀ, ਗੱਲ ਪ੍ਰੈਸ਼ਰ ਦੀ ਮੈਂ ਕਹਾਂ, ਜਿਹੜੇ ਪਿੰਡਾਂ 'ਚੋਂ ਮੈਂ ਨਿਕਲਿਆ, ਜਿਹੜੇ ਪਿੰਡਾਂ 'ਚੋਂ ਨਿਕਲਿਆ, ਉੱਥੇ ਤਾਂ ਸਵੇਰੇ 4 ਵਜੇ 3 ਵਜੇ ਉੱਠ ਕੇ ਖੇਤੀ ਕਰਨ ਚੱਲ ਜਾਂਦੇ ਸੀ, ਰਾਤ ਦੇ 10 ਵਜੇ ਤੱਕ ਮਿਹਨਤ ਕਰਦੇ ਰਹਿਣਾ, ਫਿਰ ਜਾ ਕੇ ਰੋਟੀ ਪੂਰੀ ਹੋਣੀ। ਅਤੇ ਮੇਨ ਪ੍ਰੈਸ਼ਰ ਤੋਂ ਨਾ ਡਰਦਾ ਮੈਂ, ਮੈਨੂੰ ਤਾਂ ਖੁਸ਼ੀ ਹੁੰਦੀ ਹੈ, ਮੈਂ ਤਾਂ ਕਹਿੰਦਾ ਮੈਨੂੰ ਡਬਲ ਦੇ ਦਿਉ। ਬਹੁਤ ਵਧੀਆ, ਬਹੁਤ ਵਧੀਆ, ਸੀਨੀਅਰ ਵੀ ਬਹੁਤ ਜੀ, ਬਹੁਤ ਚੰਗੀ ਸੋਚ ਆ, ਬੜੀ ਚੰਗੀ ਸੋਚ ਲੱਗੀ ਕੰਮ 'ਤੇ, ਹਿੰਮਤੀ ਮਝੈਲ ਤਾਂ ਵੈਸੇ ਵੀ ਕਿਸੇ ਪਿੱਛੋਂ, ਮਤਲਬ ਕਿਸੇ ਕੰਮ ਦੇ ਪਿੱਛੇ ਨਹੀਂ ਮਤਲਬ ਹਟਦੇ, ਉਹ ਹਮੇਸ਼ਾ ਹੀ ਅਗਾਂਹ ਵੱਧ ਕੇ ਹਮੇਸ਼ਾ ਹੀ ਅੱਗੇ ਵਧੇ ਰਹਿੰਦੇ ਨੇ। ਅਤੇ ਜੇ ਆਪਾਂ ਹੁਣ, ਅੱਛਾ ਡਾਕਟਰ ਸਾਹਿਬ, ਇੱਕ ਨਾ ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਵੀ ਆ ਰਿਹਾ ਹੈ ਪਿੱਛੇ ਜੀ, ਕਿਉਂਕਿ ਤੁਸੀਂ MBBS ਕੀਤੀ ਹੈ, ਉਸ ਤੋਂ ਬਾਅਦ ਤੁਸੀਂ UPSC ਦੀ ਤਿਆਰੀ ਕੀਤੀ ਹੈ, ਪਿੱਛੇ ਜੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਨੇ, ਮੈਂ ਕਿਹਾ 3-4 ਅਗਸਤ ਦੀ ਗੱਲ ਹੈਗੀ ਹੈ, ਉਹਦੇ ਵਿੱਚ ਇੱਕ ਰਿਵਿਊ ਕੀਤਾ ਕਿ ਜਿਹੜੇ ਸਭ ਤੋਂ ਜ਼ਿਆਦਾ UPSC ਵਿੱਚ ਆਉਂਦੇ ਨੇ ਉਹ ਇੰਜੀਨੀਅਰਸ ਹੁੰਦੇ ਨੇ, ਡਾਕਟਰ ਵੀ ਹੈਗੇ ਨੇ, ਪਰ ਉਹ ਇੰਜੀਨੀਅਰਸ ਦੀ ਤਾਦਾਦ ਬੜੀ ਜ਼ਿਆਦਾ ਹੁੰਦੀ ਹੈ। ਹੁਣ ਪਾਰਲੀਮੈਂਟਰੀ ਪਾਰਲੀਮੈਂਟ ਪੈਨਲ ਨੇ ਰਿਵਿਊ ਕਰਨ ਨੂੰ ਪਿਆ ਕਿ ਬਈ ਜਿਹੜੇ ਇੰਜੀਨੀਅਰਸ ਹੈਗੇ ਨੇ ਜਾਂ ਡਾਕਟਰਸ ਹੈਗੇ ਨੇ, ਇਹਨਾਂ ਦਾ ਸਿਲੈਕਸ਼ਨ ਪ੍ਰੋਸੈਸ ਬਾਰੇ ਜੋ ਹੈਗਾ ਰਿਵਿਊ ਕਰਨ ਬਾਰੇ ਗੱਲ ਕੀਤੀ ਹੈ, ਕਿਉਂਕਿ ਉਹਨਾਂ ਦਾ ਕਹਿਣਾ ਕਿ ਇੰਜੀਨੀਅਰਸ ਹੀ ਸਭ ਤੋਂ ਜ਼ਿਆਦਾ ਜਿਹੜੇ ਹੈ ਸਾਡੇ ਆਉਂਦੇ ਨੇ। ਇਹਦੇ ਨਾਲ ਕੀ ਹੁੰਦਾ, UPSC ਕਰੈਕ ਕਰਦੇ ਨੇ, ਪਰ ਜਿੱਥੇ ਲੋੜ ਹੁੰਦੀ ਹੈ, ਕਿਉਂਕਿ ਜਿੱਦਾਂ ਮੰਨ ਲਓ ਕੋਈ ਸਪੋਜ਼ ਕਰ ਲਓ ਕੋਈ IITN ਹੈ ਜਾਂ ਕੋਈ ਡਾਕਟਰ ਹੈਗਾ, ਹੈ ਨਾ। ਹੁਣ IITN ਦੇ ਉਹਨਾਂ ਦੀ ਆਪਣੇ ਇੰਨਾ ਸਰਕਾਰਾਂ ਨੇ ਉਹਦੇ ਉੱਤੇ ਪੈਸਾ, ਇੰਸਟੀਟਿਊਸ਼ਨ ਦੇ ਉੱਤੇ ਪੈਸਾ ਖਰਚ ਕਰਕੇ ਇੱਕ ਟੈਕਨੋਕ੍ਰੇਟ ਪੈਦਾ ਕੀਤਾ ਹੁੰਦਾ, ਜਿਹੜਾ ਦੇਸ਼ ਦੀ ਜਿਹੜੀ ਹੈ ਤਰੱਕੀ ਦੇ ਵਿੱਚ ਕੰਟਰੀਬਿਊਸ਼ਨ ਕਰ ਸਕੇ। ਅਤੇ ਉਹ ਜਿਹੜੇ ਜੀਨੀਅਸ ਮਾਈਂਡਸ ਨੇ ਉਹ ਆਪਣੇ ਖੇਤਰ ਨੂੰ ਛੱਡ ਕੇ UPSC ਵੱਲ ਆ ਰਹੇ ਨੇ, ਐਡਮਿਨਿਸਟ੍ਰੇਸ਼ਨ ਵੱਲ ਆ ਰਹੇ ਨੇ। ਤੁਹਾਡਾ ਕੀ ਕਹਿਣਾ ਹੈ ਇਸ ਚੀਜ਼ ਨੂੰ ਲੈ ਕੇ? ਦੇਖੋ ਜੀ, ਇਹ ਜਿਹੜੀ ਬਾਕੀ ਪਾਰਲੀਮੈਂਟਰੀ ਕਮੇਟੀ ਨੇ ਇਹਨੂੰ ਡਿਸਕਸ਼ਨ 'ਤੇ ਲਿਆਂਦਾ ਹੈ, ਅਤੇ ਇਹ ਕਿਤੇ ਨਾ ਕਿਤੇ ਜ਼ਰੂਰੀ ਵੀ ਹੈ ਜੀ। ਅਤੇ ਜੇ ਦੂਸਰੇ ਪੱਖ ਕਹਾਂ ਕਿ IITN ਜੀਨੀਅਸ ਮਾਈਂਡਸ ਇੱਧਰ ਆ ਰਹੇ ਨੇ, ਤਾਂ ਮੈਨੂੰ ਲੱਗਦਾ ਕਿ ਐਡਮਿਨਿਸਟ੍ਰੇਸ਼ਨ ਜੀਨੀਅਸ ਮਾਈਂਡਸ ਦੀ ਲੋੜ ਹੈ ਜੀ। ਹੁਣ ਗੱਲ ਕਰੀਏ, ਜਿਹੜਾ ਸਿਵਲ ਸਰਵਿਸਿਜ਼ ਹੈ ਜਿਹਦਾ ਨਾਂ ਹੀ ਲੋਕਾਂ ਦੀ ਸੇਵਾ ਹੈ, ਇਹ ਕੀ ਹੁੰਦਾ ਕਿ ਜਦੋਂ ਅਸੀਂ ਬੱਚੇ ਹੁੰਦੇ ਹਾਂ, ਬੱਚੇ ਤੋਂ ਅਸੀਂ IIT ਕਰਦੇ ਹਾਂ ਜਾਂ ਅਸੀਂ MBBS ਕਰਦੇ ਹਾਂ ਜਾਂ ਕੋਈ ਵੀ ਫੀਲਡ ਐਕਸਪਰਟ ਕਰਦੇ ਹਾਂ, ਉਦੋਂ ਸਾਡਾ ਕੁਛ ਪਿੱਛੋਂ ਆਪਣੇ ਫੈਮਿਲੀ ਵੱਲੋਂ ਕੁਝ ਸੋਸਾਇਟੀ ਵੱਲੋਂ ਇੱਕ ਹੁੰਦਾ ਕਿ ਕੁਛ ਵਧੀਆ ਕਰਨਾ, ਕੋਈ ਵਧੀਆ ਫੀਲਡ ਲੈ ਲਈਏ, ਅਤੇ ਸਾਨੂੰ ਸਾਹਮਣੇ ਦਿਖਦੇ ਆ ਇਹ ਵਧੀਆ ਫੀਲਡ ਨੇ। ਬਟ ਜਦੋਂ ਅਸੀਂ ਕਾਲਜ ਆਉਂਦੇ, ਮੈਚਿਓਰ ਹੁੰਦੇ ਜਾਂਦੇ ਹਾਂ, ਫਿਰ ਇੱਕ ਸਾਡਾ ਮਨ ਹੁੰਦਾ, ਬੀਇੰਗ IITN ਤੁਸੀਂ ਕਰੋੜਾਂ ਰੁਪਏ ਕਮਾ ਸਕਦੇ ਹੋ, ਕਿਸੇ ਵਧੀਆ ਮਲਟੀਨੈਸ਼ਨਲ ਕੰਪਨੀ 'ਚ ਲੱਗ ਜਾਓ, ਅਤੇ ਕਰੋੜਾਂ ਰੁਪਏ ਦਾ ਜਿਹੜੇ ਤੁਸੀਂ ਸਿਵਲ ਸਰਵਿਸ 'ਚ ਆ ਕੇ ਕਦੀ ਨਹੀਂ ਕਮਾ ਸਕਦੇ, ਉਹ ਤਾਂ ਪੈਕੇਜ ਬੜੇ ਵੱਡੇ ਹੁੰਦੇ। ਉਹਦੇ ਵਿੱਚ ਕੀ ਹੁੰਦਾ, ਕਈ IITN ਪਿੱਛੋਂ ਪਛੋਕੜ ਉਹਨਾਂ ਦਾਦਾ ਹੁੰਦਾ, ਜਿਹਦੇ ਵਿੱਚ ਸੇਵਾ ਜਿਹੜੀ ਆ ਉਹ ਪ੍ਰਿਓਰਿਟੀ ਰੱਖਦੀ ਹੈ ਅਤੇ ਪੈਸਾ ਜਿਹੜਾ ਆ ਉਹ ਘੱਟ ਪ੍ਰਿਓਰਿਟੀ ਰੱਖਦਾ। ਉਹ ਫਿਰ ਉਹ ਆਪਣਾ ਮਨ ਕਹਿੰਦੇ ਕਿਉਂ ਨਾ ਅਸੀਂ ਸਿਵਲ ਸਰਵਿਸ ਆਣ ਕੇ
ਲੋਕਾਂ ਦੀ ਸੇਵਾ ਕਰੀਏ, ਸਰਕਾਰ ਸਾਨੂੰ ਸਭ ਕੁਛ ਦਿੰਦੀ ਹੈ, ਪੈਸਾ, ਧੇਲਾ, ਕੁਰਸੀ, ਪਾਵਰ, ਈਚ ਐਂਡ ਐਵਰੀਥਿੰਗ ਤੁਹਾਨੂੰ ਦਿੰਦੀ ਹੈ ਕਿ ਲੋਕਾਂ ਦੇ ਵਿੱਚ ਪਹੁੰਚਾਓ, ਲੋਕਾਂ ਦੀ ਸਹੂਲਤ ਕਰੋ, ਲੋਕਾਂ ਨੂੰ ਸੇਵਾ ਦਿਓ, ਉਹ ਜਿਹੜਾ ਮਾਨਣਾ ਉਹ ਫਿਰ ਤੁਹਾਨੂੰ ਜਿਹੜਾ ਮੋਲਡ ਕਰਕੇ ਇੱਧਰ ਭੇਜ ਦਿੰਦਾ ਹੈ। ਇੰਜੀਨੀਅਰ 'ਚ ਇਹ ਸੀਗਾ ਕਿ ਇੰਜੀਨੀਅਰਸ ਕਿਉਂਕਿ ਦੇਵਰ ਬਰੋਡ ਮਾਇੰਡਡ, ਉਹ ਬੜਾ ਕੁਛ ਵੇਖਦੇ ਆ, ਉਹਨਾਂ ਨੇ ਕੰਸਟਰਕਸ਼ਨ ਆ ਉਹ ਈਚ ਐਂਡ ਐਵਰੀਥਿੰਗ, ਉਹਦੇ 'ਚ ਵੀ ਇੰਜੀਨੀਅਰਸ ਆ ਰਹੇ ਨੇ ਆ ਕੇ ਇੱਥੇ ਉਹਨਾਂ ਨਾਲ ਕੀ ਫਾਇਦਾ ਹੁੰਦਾ। ਹੁਣ ਕਈ ਵਾਰੀ ਕੋਈ ਸਟਰਕਚਰ ਕ੍ਰੀਏਟ ਕਰਨਾ, ਕੋਈ ਸੈਕਟਰੀ ਲੱਗਦਾ PWD ਦਾ, ਜੇ ਉਹ IIT ਐਂਡ PWD ਦਾ ਸੈਕਟਰੀ ਲੱਗੇਗਾ ਤੁਸੀਂ ਆਹ ਸਮਝਦਾਰ ਹੋ, ਜੀਨੀਅਸ ਮਾਇੰਡ ਲੱਗੇਗਾ ਅਤੇ ਉਹਨੂੰ ਉਹੀ ਨਜ਼ਰ ਨਾਲ ਵੇਖੇਗਾ ਅਤੇ ਉਹ ਕੋਸ਼ਿਸ਼ ਕਰੇਗਾ ਕਿ ਲੋਕਾਂ ਦਾ ਵੀ ਬੈਨੀਫਿਟ ਹੁੰਦਾ ਰਹੇ, ਸਰਕਾਰ ਦਾ ਵੀ ਬੈਨੀਫਿਟ ਹੁੰਦਾ ਰਹੇ, ਅਤੇ ਜੋ ਮੈਂ ਬਣਵਾ ਰਿਹਾ ਉਹ ਇਹੋ ਜਿਹਾ ਬਣੇ ਜਿਹੜਾ ਲੌਂਗ ਲਾਈਫ ਰਹੇ। ਜੀ ਵੈਸੇ ਤਾਂ ਆਰਟਸ ਵਾਲੇ ਵੀ ਦੇਖਿਆ ਕਿ ਬਹੁਤ ਆਰਟਸ ਨੂੰ ਸਮਝਣਾ ਬੜਾ, ਜੀਨੀਅਸ ਮਾਇੰਡਸ ਜਿਹੜੇ ਕੋਈ ਵੀ ਸਬਜੈਕਟ ਜਿਹੜਾ ਹੁੰਦਾ ਡਾਕਟਰ ਸਾਹਿਬ, ਉਹ ਛੋਟਾ ਜਾਂ ਵੱਡਾ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਜਿਹੜੀ ਸੋਸਾਇਟੀ ਨੂੰ ਰਿਫੋਰਮ, ਸੋਸਾਇਟੀ ਦੇ ਵਿੱਚ ਰਿਫੋਰਮਸ ਲਿਆਉਣਾ, ਜਾਂ ਸਾਡੇ ਬਹੁਤ ਸਾਰੇ ਇੰਡੀਆ ਦੇ ਵਿੱਚ ਇਹੋ ਜਿਹੇ ਇੰਸਟੀਟਿਊਸ਼ਨ ਜਿੱਥੋਂ ਆਰਟਸ ਵਾਲੇ ਬਹੁਤ ਜੀਨੀਅਸ ਮਾਇੰਡਸ ਜਿਹੜੇ ਨਿਕਲਦੇ ਨੇ, ਔਰ ਉਹਨਾਂ ਨੇ ਦੇਸ਼ ਦੀ ਤਰੱਕੀ ਦੇ ਵਿੱਚ ਬੜਾ ਹਿੱਸਾ ਪਾਇਆ। ਖੈਰ ਇਹ ਤਾਂ ਚਲੋ ਸਰਕਾਰ ਦੇ ਡਿਸੀਜ਼ਨ ਨੇ ਜਾਂ ਉਹਨਾਂ ਦੇ ਕੀ ਵਿਊ ਰਿਵਿਊ ਕਰਦੇ ਨੇ ਅਤੇ ਉਹਨਾਂ ਦਾ ਕੰਮ ਹੈਗਾ। ਖੈਰ ਜੇ ਆਪਾਂ ਗੱਲ ਕਰੀਏ, ਜਿੱਦਾਂ ਹੁਣ ਬਹੁਤ ਸਾਰੇ ਐਸਪੀਰੈਂਟਸ ਨੇ, ਨੌਜਵਾਨ, ਉਹਨਾਂ ਦਾ ਸੁਪਨਾ ਹੁੰਦਾ ਹੈ ਕਿ ਭਾਈ IAS ਕਰਨੀ, IPS ਕਰਨੀ, ਹੈ ਨਾ, ਜ਼ਿਆਦਾ ਕਰਕੇ UPS ਬਹੁਤ ਤੁਹਾਨੂੰ ਪਤਾ ਹੈ ਨੌਜਵਾਨ ਕਰਦੇ ਨੇ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ, ਕੀ ਮਸ਼ਵਰੇ ਦੇਣਾ ਚਾਹੋਗੇ ਕਿ ਉਹਨਾਂ ਨੂੰ ਇੰਸਪੀਰੇਸ਼ਨ ਜਿਹੜੀ ਆ ਮਿਲ ਸਕੇ? ਦੇਖੋ ਜੀ, ਕੁਛ ਵੀ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਕਿ ਕੋਈ ਫੀਲਡ ਛੋਟਾ ਵੱਡਾ ਨਹੀਂ ਹੈ, ਸਭ ਫੀਲਡ ਬਰਾਬਰ ਹੈ ਜੀ। ਜ਼ਰੂਰੀ ਚੀਜ਼ ਜਿਹੜੀ ਸਮਝਣ ਵਾਲੀ ਹੈ ਉਹ ਹੈ ਕਿ ਤੁਸੀਂ ਆਪਣੇ ਫੀਲਡ 'ਚ ਐਕਸੀਲੈਂਸ ਕ੍ਰੀਏਟ ਕਰੋ। ਐਬਸੋਲਿਊਟ, ਬਿਲਕੁਲ। ਜਿਹੜੀ ਚੀਜ਼ 'ਚ ਬੰਦਾ ਮਾਹਿਰ ਹੁੰਦਾ ਨਾ, ਉਹ ਮਾਹਿਰ ਦੀ ਹਰ ਥਾਂ ਲੋੜ ਹੁੰਦੀ ਹੈ, ਭਾਵੇਂ ਸਰਕਾਰ ਹੋਵੇ, ਭਾਵੇਂ ਪ੍ਰਾਈਵੇਟ ਕੰਪਨੀ ਹੋਵੇ, ਭਾਵੇਂ ਸਮਾਜ ਹੋਵੇ। ਬਿਲਕੁਲ ਜੀ। ਅਤੇ ਇਸ ਕਰਕੇ ਦੂਜੀ ਗੱਲ ਤੁਸੀਂ ਕਹੀ ਕਿ ਜਿਹੜੇ IAS ਅਫਸਰ ਬਣਨਾ ਚਾਹੁੰਦੇ ਨੇ, ਸਿਵਲ ਸਰਵਿਸ ਆਉਣਾ ਚਾਹੁੰਦੇ ਨੇ, ਮੈਂ ਇਹੀ ਗੱਲ ਬਾਰ ਬਾਰ ਕਹਿਣਾ ਚਾਹਾਂਗਾ ਕਿ ਜਿਹੜੇ 'ਤੇ ਦਿਲ 'ਚ ਸਮਾਜ ਸੇਵਾ ਕਰਨ ਦਾ ਮਨ ਹੈਗਾ ਜੀ, ਜਿਹਨੂੰ ਹੈਗਾ ਕਿ ਮੈਂ ਇੱਥੇ ਆਣ ਕੇ ਲੋਕਾਂ ਦਾ ਭਲਾ ਕਰਨਾ, ਪੈਸੇ ਪੱਖੋਂ ਮੈਨੂੰ ਕੋਈ ਉਹ ਨਹੀਂ ਹੈਗਾ, ਉਹ ਇੱਧਰ ਜ਼ਰੂਰ ਆਏ। ਉਹਦੇ ਨਾਲ ਕੀ ਹੈ, ਫਿਰ ਦੂਸਰੀ ਗੱਲ ਕਿ ਜੇ ਤੁਸੀਂ IAS ਅਫਸਰ ਬਣਨਾ ਜਾਂ ਸਿਵਲ ਸਰਵਿਸ ਕਲੀਅਰ ਕਰਨੀ ਹੈ, ਤੁਹਾਨੂੰ ਮਿਹਨਤ ਕਰਨੀ ਪਏਗੀ, ਤੁਹਾਨੂੰ ਆਪਣਾ ਮਨ ਬਣਾਉਣਾ ਪਏਗਾ, ਇੱਕ ਪਿੱਛੋਂ ਤੁਹਾਨੂੰ ਦੱਸ ਕੇ ਆਉਣਾ ਪਏਗਾ ਕਿ ਮੇਰੇ ਆਪਣੇ ਮਾਂ ਪਿਓ ਨੂੰ, ਮੇਰੇ ਬਾਪੂ ਜੀ, ਮੇਰੇ ਮਾਤਾ ਜੀ, ਕਿ ਮੈਂ ਇੱਥੋਂ ਨਿਕਲਿਆ ਅਤੇ ਮੈਂ ਹੁਣ ਆਪਣਾ ਕਲੀਅਰ ਕਰਕੇ ਅਫਸਰ ਬਣ ਕੇ ਤੁਹਾਡੇ ਕੋਲ ਆਵਾਂਗਾ, ਤੁਸੀਂ ਮੈਨੂੰ ਥਾਪੜਾ ਰੱਖਿਓ, ਮੈਂ ਇੱਦਾਂ ਤੁਹਾਡਾ ਮਨ ਖਰਾਬ ਨਹੀਂ ਕਰਦਾ। ਜਿੰਨੇ ਵੀ ਇਹ ਕਰਨੀ ਆ, ਕਿਉਂਕਿ ਇਹ ਕਿਹਾ ਜਾਂਦਾ ਵਨ ਆਫ ਦਾ ਟਫੈਸਟ ਐਗਜ਼ਾਮ, ਦੁਨੀਆ ਦਾ ਸਭ ਤੋਂ ਟਫੈਸਟ ਐਗਜ਼ਾਮ ਹੈ, ਉਹ ਉਹਨਾਂ ਲਈ ਟਫ ਹੈ ਜਿਹੜੇ ਆਪਣੇ ਮਾਇੰਡ ਡਿਵਰਟ ਕਰ ਲੈਂਦੇ ਨੇ ਅੱਧ 'ਚ ਆਣ ਕੇ ਜੀ। ਜੇ ਤੁਸੀਂ ਆਪਣੀ ਨੂੰ ਇੱਕ ਵਾਰੀ ਬੰਨ ਲਿਆ ਕਿ ਮੈਂ ਅਫਸਰ ਬਣਨਾ, ਫਿਰ ਤੁਹਾਨੂੰ ਮੁਸ਼ਕਲਾਂ ਆਉਣਗੀਆਂ, ਮੈਂ ਕਿ ਹਨੇਰੀਆਂ ਆਉਣਗੀਆਂ, ਤੁਹਾਡੇ ਕੋਲ ਕਈ ਕੁਛ ਆਏਗਾ, ਬਟ ਇੱਕ ਮਨ ਬਣਾ ਲਿਓ। ਮੈਂ ਇਹ ਯਕੀਨ ਦਵਾਉਣਾ ਚਾਹਾਂਗਾ, ਜਿਹੜੇ ਹਿੰਮਤ ਵਾਲੇ ਬੰਦੇ ਨੇ, ਤਕਦੀਰ ਉਹਨਾਂ ਦੀ ਦਾਸੀ ਹੈ, ਸਦਾ ਕਿਸਮਤ ਨੂੰ ਝੂਟਦੇ ਰਹਿੰਦੇ ਨੇ ਜਿਹੜੇ ਮਰਦ ਨਕਾਰਾ ਹੁੰਦੇ ਨੇ। ਕਿਆ ਬਾਤ! ਅਤੇ ਇਸ ਕਰਕੇ ਆਪਣੀ ਕਿਸਮਤ ਨੂੰ ਨਾ ਝੂਰੋ, ਕਿਸਮਤ ਬਣਾਓ। ਤੁਸੀਂ ਪਹਿਲੀ 'ਚ ਹਾਰੋਗੇ, ਦੂਜੀ 'ਚ ਹਾਰੋਗੇ, ਕਈ ਦਿੱਲੀ 'ਚ ਬੈਠੇ ਹੈ ਜਿਹੜੇ 5-5 ਵਾਰੀ ਹਾਰ ਕੇ ਅਤੇ 6ਵੀਂ ਵਾਰੀ ਅੰਦਰ ਹੈ ਜੀ। ਇਹ ਬੱਚੇ ਅੱਜ ਕੱਲ੍ਹ ਸੋਸ਼ਲ ਮੀਡੀਆ ਯੂਜ਼ ਕਰਦੇ ਨੇ, ਉਹ ਜਾਣੂ ਨੇ। ਜੇ ਅਫਸਰੀ ਕਰਨੀ ਹੈ, ਇੱਧਰ ਆਉਣਾ ਹੈ, ਅਤੇ ਇਹੋ ਜਿਹਾ ਮਨ ਬਣਾ ਕੇ ਆਇਓ ਕਿ ਜੇ ਤੁਹਾਡੇ 'ਤੇ ਪਹਾੜ ਵੀ ਡਿੱਗ ਜਾਣਾ ਅਤੇ ਫਿਰ ਵੀ ਮਾਪਿਆਂ ਨੇ ਕਿਹਾ ਮੈਂ ਹੁਣ ਅਫਸਰ ਬਣ ਕੇ ਆਉਣਾ, ਕੋਈ ਗੱਲ, ਤੂੰ ਫਿਕਰ ਨਾ ਕਰੋ। ਅਤੇ ਮੈਂ ਯਕੀਨ ਦਵਾਉਂਦਾ ਸਾਰੇ ਬੱਚਿਆਂ ਨੂੰ, ਅਤੇ ਮੈਨੂੰ ਖੁਸ਼ੀ ਵੀ ਹੋਏਗੀ ਜਿੱਥੋਂ ਸੁਣ ਕੇ
ਕੋਈ ਕੋਈ ਵੀ ਬੱਚੇ ਮੇਰੀ ਗੱਲ ਸੁਣ ਕੇ ਉਹਨਾਂ ਦੇ ਅੰਦਰ ਜਜ਼ਬਾ ਜਾਗੇ ਅਤੇ ਉਹ ਅਫਸਰ ਬਣਨ, ਕੱਲ੍ਹ ਨੂੰ ਕਹਿਣ ਕਿ ਤੁਹਾਡੀ ਇੰਟਰਵਿਊ ਸੋਹਣੀ ਸੀਗੀ ਤਾਂ ਅਫਸਰ ਬਣਿਆ, ਅਤੇ ਇਹ ਮੇਰੇ ਲਈ ਖੁਸ਼ੀ ਵਾਲੀ ਗੱਲ ਹੋਏਗੀ, ਮਾਣ ਵਾਲੀ ਗੱਲ ਹੋਏ ਕਿ ਤੁਹਾਡੇ ਜ਼ਰੀਏ ਮੈਂ ਆਪਣੀ ਗੱਲ ਜਿਹੜੀ ਹੈ ਉਹਨਾਂ ਤੱਕ ਪਹੁੰਚਾਈ। ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਬੜਾ ਮਜ਼ਾ ਆਇਆ। ਪਿੰਡਾਂ ਦੀ, ਸਾਡੇ ਪਿੰਡ ਦੀ ਗੱਲ ਕੀਤੀ, ਆਪਣੀ ਮਾਂ ਜਿਹੜੀ ਧਰਤੀ ਉਹਦੀ ਗੱਲ ਕੀਤੀ, ਹੈ ਨਾ, ਅਤੇ ਬੜੀ ਗੱਲਬਾਤ, ਮਜ਼ਾ ਆਇਆ, ਸਵਾਦ ਆਇਆ ਗੱਲ ਕਰਨ ਦਾ। ਔਰ ਇਹਦੇ ਨਾਲ ਹੀ ਤੁਸੀਂ ਜਿਹੜੇ ਐਸਪੀਰੈਂਟ ਹੈਗੇ ਨੇ, ਜਿਹੜੇ ਨੌਜਵਾਨ UPSC ਕਰਨਾ ਚਾਹੁੰਦੇ ਹੈ, ਉਹਨਾਂ ਨੂੰ ਵੀ ਤੁਸੀਂ ਸੁਨੇਹਾ ਦਿੱਤਾ, ਮੈਸੇਜ ਦਿੱਤਾ ਜੀ। ਬੜੀ ਮਿਹਰਬਾਨੀ ਹੈ ਜੀ, ਮੈਂ ਬਹੁਤ ਮਿਹਰਬਾਨੀ ਤੁਹਾਡੇ ਚੈਨਲ ਦਾ, ਤੁਹਾਡੀ ਟੀਮ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਆਪਣੀ ਗੱਲ, ਇੱਕ ਪਿੰਡ ਦੇ, ਇੱਕ ਮਾਝੇ ਵਾਲੇ ਪਿੰਡ ਦੇ ਮੁੰਡੇ ਦੀ ਗੱਲ ਰੱਖਣ ਦਾ ਇੱਕ ਪਲੈਟਫਾਰਮ ਦਿੱਤਾ। ਅਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਰੇ ਮਿਹਨਤ ਕਰੋ, ਅਤੇ ਸਾਰੇ ਪੰਜਾਬੀਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਇੰਨੀ ਕੁ ਮਿਹਨਤ ਕਰੋ, ਤੁਸੀਂ ਤੁਹਾਡੇ ਖੂਨ 'ਚ ਅਤੇ ਉਹ ਚੀਜ਼ਾਂ ਜਿਹੜੀ ਚੀਜ਼ ਤੁਸੀਂ ਧਾਰ ਲਈ ਤਾਂ ਤੁਸੀਂ ਕਰ ਲੈਣੀ ਜੀ। ਹੁਣ ਬਸ ਗੱਲ ਹੈ ਧਾਰਨ ਦੀ ਜੀ, ਇੱਕ ਵਾਰੀ ਧਾਰ ਲਓਗੇ ਤੁਸੀਂ ਬਣੋਗੇ ਅਤੇ ਸਾਰਿਆਂ ਨੂੰ ਚਾਅ ਚੜ੍ਹੇਗਾ, ਅਤੇ ਆਪਣੀ ਜ਼ਿੰਦਗੀ 'ਚ ਉਹੋ ਜਿਹਾ ਕਰਕੇ ਜਾਓ ਕਿ ਤਾਂ ਕਿ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਣ, ਤੁਹਾਡੀ ਫੋਟੋ ਉਹ ਲੱਥ ਕੇ ਇੱਕ ਸਟੋਰ 'ਚ ਨਾ ਲੱਗ ਜਾਏ, ਤੁਹਾਡੀ ਫੋਟੋ ਤੁਹਾਡੇ ਘਰ ਦੇ ਮੂਹਰੇ ਲੱਗੀ ਰਹੇ, ਅਤੇ ਪਿੰਡ ਵਾਲੇ ਵੀ ਮਾਣ ਕਰਨ, ਹਾਂ, ਪੂਰੇ ਪਿੰਡ ਦਾ ਗੇਟ ਬਣੇ ਜੀ ਜੀ। ਅੱਜ ਵੀ ਸਾਡੇ ਕੋਈ ਸ਼ਹੀਦ ਹੁੰਦਾ ਗੇਟ ਬਣਦਾ, ਅਤੇ ਜੇ ਮੈਂ ਤੁਹਾਨੂੰ ਯਾਦ ਰੱਖਿਓ ਕਿ ਸਾਰਿਆਂ ਨੂੰ ਕਹਿੰਦੇ ਤੁਸੀਂ ਕਰਕੇ ਜਾਓਗੇ ਨਾ, ਤਾਂ ਪਿੰਡ ਦੇ ਮੂਹਰੇ ਤੁਹਾਡੇ ਵੀ ਇਹੋ ਜਿਹੇ ਲੱਗਣਗੇ ਗੇਟ ਕਿ ਸਾਰੀ ਦੁਨੀਆ ਤੁਹਾਨੂੰ ਨਾਂ ਤੁਹਾਡਾ ਜਾਣਿਆ ਜਾਏਗਾ। ਅਤੇ ਇਹਦੇ ਨਾਲ ਮੈਂ ਤੁਹਾਡਾ ਥੈਂਕਸ ਕਰਦਾ, ਸਾਰੀ ਟੀਮ ਦਾ, ਬਹੁਤ ਬਹੁਤ ਸ਼ੁਕਰੀਆ, ਪਲੈਟਫਾਰਮ ਦਿੱਤਾ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ।